ਹਾਈ एवरीवन ਮਾਈ ਸੈਲ ਫਰਮਨ ਸ਼ਰਮਾ ਐਜ਼ ਅਨ ਆਇਲ ਸਵੀਨਰ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ YouTube ਚੈਨਲ ਨੂੰ ਇੰਨਾ ਪਿਆਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਫੋਲੋ ਕਰਦੇ ਹੋ ਤੇ ਵੀਡੀਓਜ਼ ਨੂੰ ਦੇਖਦੇ ਹੋ ਇਹਦੇ ਲਈ ਰਮਨ ਸ਼ਰਮਾ ਦਾ ਦਿਲੋਂ ਪਿਆਰ ਤੇ ਦਿਲੋਂ ਸਤਿਕਾਰ ਅੱਜ ਫਰਡੇ ਤੇ ਫਰਡੇ ਨੂੰ ਮੇਰੀ ਆਫਲਾਈਨ ਕਲਾਸ ਦਾ ਹੁੰਦਾ ਹੈਗਾ ਡਿਸਕਸ਼ਨ ਡੇ ਅੱਜ ਮੈਂ ਵੀਡੀਓ ਬਹੁਤ ਜ਼ਿਆਦਾ ਲੈਂਥੀ ਹੈ ਲਗਭਗ 1 ਘੰਟਾ ਜਾਂ ਸਵੇ ਘੰਟੇ ਦਾ ਵੀਡੀਓ ਮੈਂ ਬਣਾ ਕੇ ਤੁਹਾਡੇ ਲਈ ਲੈ ਕੇ ਆਇਆ ਪਰ ਇਹ ਵੀਡੀਓ ਦੇ ਵਿੱਚ ਮੈਂ ਆਫਲਾਈਨ ਕਲਾਸ ਨੂੰ ਲੈ ਕੇ ਆਇਆ ਮਤਲਬ ਬੱਚੇ ਬਹੁਤ ਰੱਜ ਕੇ ਸਿੱਖੇ ਬਹੁਤ ਰੱਜ ਕੇ ਮੋਟੀਵੇਟ ਕੀਤਾ ਐਸ ਵੈਲ ਐਸ ਬਹੁਤ ਜਿਆਦਾ ਇੰਜੋਏ ਕੀਤਾ ਮਤਲਬ ਬਹੁਤ ਚੁਟਕਲੇ ਬਹੁਤ ਫਨ ਇੰਨਾ ਹਾਸਾ ਅੱਜ ਦੀ ਕਲਾਸ ਚ ਤੇ ਇੰਨਾ ਸਿੱਖਣ ਨੂੰ ਮਿਲੂਗਾ ਉਮੀਦ ਕਰਦਾ ਕਿ ਤੁਸੀਂ ਸਾਰੀ ਵੀਡੀਓ ਨੂੰ ਦੇਖੋਗੇ ਤੇ ਪਸੰਦ ਕਰੋਗੇ ਮੈਂ ਬੇਨਤੀ ਕਰਦਾ ਕਿ ਵੀਡੀਓ ਨੂੰ ਅੱਜ ਲੈਂਥੀ ਨਾ ਸਮਝਿਆ ਜਾਵੇ ਕਿ ਬਹੁਤ ਲੰਬੀ ਹੈ ਕੱਟ-ਕੱਟ ਕੇ ਦੇਖਾਂਗੇ ਪਰ ਯਕੀਨ ਕਰਿਓ ਅੱਜ ਤੁਸੀਂ 1 ਘੰਟੇ ਦੀ ਜੇ ਵੀਡੀਓ ਦੇਖੋਗੇ ਤਾਂ ਮੇਰਾ ਪ੍ਰੋਮਿਸ ਹੈ ਕਿ ਮੁੜ ਕੇ ਤੋਂ ਕਦੇ ਰਾਈਟਿੰਗ ਟਾਸਕ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਉਸ ਦੀ ਅੱਜ ਤੱਕ ਮੈਨੂੰ ਕੱਲਾ ਕੰਪਿਊਟਰ ਤੇ ਪੜਾਉਂਦੇ ਨੂੰ ਦੇਖਿਆ ਠੀਕ ਹੈ ਦੈਟਸ ਓਕੇ ਉਹ ਇੱਕ ਅਲੱਗ ਪਾਰਟ ਹੈ ਬਟ ਅੱਜ ਦੀ ਜੋ ਮੈਂ ਵੀਡੀਓ ਹੈ ਉਹ ਮੇਰਾ ਆਫਲਾਈਨ ਜਦੋਂ ਮੈਂ ਆਪਣੇ ਕਲਾਸ ਦੇ ਵਿੱਚ ਮਤਲਬ ਕਟੋਕਟ ਹਜ਼ਾਰਾਂ ਦੇ ਹਿਸਾਬ ਨਾਲ ਜਦੋਂ ਮੇਰੇ ਕੋਲ ਬੱਚੇ ਬੈਠੇ ਹੁੰਦੇ ਆ ਅੱਜ ਕਟੋਕਟ ਨਾ ਨਾ ਕਰਦੇ ਪੂਰੀ ਕਲਾਸ ਦਾ ਪੂਰਾ ਹਾਲ ਫੈਲ ਸੀਗਾ ਸਾਰੇ ਬੱਚਿਆਂ ਨੂੰ ਲੈ ਕੇ ਮੈਂ ਆਫਲਾਈਨ ਪੜਾਇਆ ਤੇ ਵੀਡੀਓ ਦਾ ਮੈਂ ਬੈਸਟ ਦਾ ਵੀ ਦੀ ਬੈਸਟ ਪਾਰਟ ਕੱਟ ਕੇ ਲੈ ਕੇ ਆਇਆ ਮੈਨੂੰ ਪੜਾਉਣ ਤੋਂ ਬਾਅਦ ਇਹ ਫੀਲ ਹੋਇਆ ਕਿ ਰਮਨ ਸ਼ਰਮਾ ਥਿਸ ਇਜ਼ ਯੂਅਰ ਬੈਸਟ ਕਲਾਸ ਤੇ ਤੁਸੀਂ ਵੀ ਉਮੀਦ ਕਰੋਗੇ ਕਿ ਰਮਨ ਦੀ ਇਸ ਕਲਾਸ ਵਰਗੀ ਬਾਕੀ ਕੋਈ ਵੀ ਵੀਡੀਓ ਅਜ ਤੱਕ ਨਹੀਂ ਬਣੀ ਹੈਗੀ ਤੇ ਫਿਰ ਵੀ ਜਿਵੇਂ ਵੀ ਤੁਹਾਡੇ ਰਿਵਿਊਸ ਹੋਣਗੇ ਉਹ ਸਿਰ ਮੱਥੇ ਆ ਤੇ ਹਮੇਸ਼ਾ ਦੀ ਤਰ੍ਹਾਂ ਅੱਗੇ ਵੀ ਮਿਹਨਤ ਕਰਦੇ ਰਹਾਂਗੇ ਤੇ ਤੁਸੀਂ ਐਸੀ ਤਰ੍ਹਾਂ ਪਿਆਰ ਕਰਦੇ ਰਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਤੁਹਾਡਾ ਇੱਕ ਹੈਲਪ ਦੀ ਲੋੜ ਹੈ ਤੁਹਾਡੇ ਭਰਾ ਨੂੰ ਹੈਲਪ ਦੀ ਵੀ ਕੀ ਲੋੜ ਹੈ ਮੇਰੇ ਵੱਡੇ ਭਰਾ ਨੇ YouTube ਦੇ ਉੱਤੇ ਇੱਕ ਚੈਨਲ ਬਣਾਇਆ ਚੈਨਲ ਦਾ ਨਾਮ ਹੈ ਤੁਹਾਨੂੰ ਸਕਰੀਨ ਦੇ ਉੱਤੇ ਮੈਂ ਸ਼ੋਅ ਕਰ ਰਿਹਾ ਥੈਟ ਇਜ਼ ਕਾਲਡ ਕੁਲਤੇਜ ਵਰਮਾ ਇਹ ਚੈਨਲ ਹੈ ਤਾਂ ਤੁਸੀਂ ਕਹੋਗੇ ਵੀ ਸਰ ਇਹ ਕਿਸ ਚੀਜ਼ ਦਾ ਚੈਨਲ ਹੈ ਤੇ ਕੰਟੈਂਟ ਕੀ ਹੈ ਕੰਟੈਂਟ ਦਾ ਮਤਲਬ ਇਹ ਹੈ ਮੇਰੇ ਨਾਲ ਜੁੜਿਆ ਹੋਇਆ ਕੰਟੈਂਟ ਹੈ ਅਸੀਂ ਦੋਨੇ ਭਰਾਵਾਂ ਨੇ ਰਲ ਕੇ ਇੱਕ ਚੀਜ਼ ਸੋਚਿਆ ਮੈਂ ਆਈਲਸ ਵੀਡੀਓਸ ਪੜਾਉਣਾ ਮੈਂ ਆਈਲਸ ਪੜਾਉਣਾ ਤੁਸੀਂ ਪੇਪਰ ਦਿਨੇ ਹੋ ਤੁਹਾਡਾ ਸਕੋਰ ਆਉਂਦੇਗਾ ਇਹ ਇੱਕ ਅਲੱਗ ਪਾਰਟ ਹੈ ਜੋ ਮੈਂ ਕੁਲਤੇਜ ਵਰਮਾ ਇਸ ਚੈਨਲ ਦੇ ਉੱਤੇ ਅਸੀਂ ਅਪਲੋਡ ਕਰਾਂਗੇ ਉਹਦਾ ਕੀ ਹੈ ਉੱਥੇ ਅਸੀਂ ਰਿਲੇਟਡ ਟੂ ਅਬਰਾਡ ਹਰ ਇੱਕ ਤਰ੍ਹਾਂ ਦੀ ਵੀਡੀਓ ਨੂੰ ਅਪਲੋਡ ਕਰਾਂਗੇ ਜਿਵੇਂ ਕਿ ਅ ਬੱਚਿਆਂ ਨੇ ਫਾਰ ਐਗਜ਼ਾਮਪਲ ਕਿਹੜੀ ਕੰਟਰੀ ਨੂੰ ਚੂਜ਼ ਕਰਨੇ ਕਿਹੜੇ ਬੱਚੇ ਦੀ ਕੀ ਕੁਆਲੀਫਿਕੇਸ਼ਨ ਹੈ ਤੇ ਉਹਦੇ ਅਕੋਰਡਿੰਗ ਕਿਹੜੀ ਕੰਟਰੀ ਬੈਟਰ ਹੈ ਤੇ ਕਿਹੜੀ ਕੰਟਰੀ ਦੇ ਵਿੱਚ ਕਿਹੜੀ ਪਲੇਸ ਬੈਟਰ ਹੈ ਕੰਮ ਜਾ ਕੇ ਕਿਵੇਂ ਲੱਭਣੇਗਾ ਬੱਚਿਆਂ ਨੂੰ ਮੰਥਲੀ ਚਾਰਜਸ ਉੱਥੇ ਰਹਿਣ ਦੇ ਕਿੰਨੇ ਪੈਂਦੇ ਆ ਪੀਆਰ ਦਾ ਪ੍ਰੋਸੀਜਰ ਕੀ ਹੈਗਾ टीआर किवें मिलदी आ सिटीजनशिप किवें मिलदी आ ते जेडियां ए सारीयां वीडियोस बनाईयां ਜਾਣਗੀਆਂ ਇੰਟਰੋਡਕਸ਼ਨ ਮੇਰਾ ਹੋਇਆ ਕਰੇਗਾ ਤੇ ਉਸ ਚੀਜ਼ ਦੇ ਬਾਰੇ ਮੇਰਾ ਬ੍ਰਦਰ ਕੁਲਤੇਜ ਵੀਰਾ ਉਹ ਸਮਝਾਇਆ ਕਰੇਗਾ ਹਰ ਇੱਕ ਚੀਜ਼ ਤੁਹਾਡੇ ਕਨਸੈਪਟ ਨਾਲ ਜੁੜੀ ਹੋਈ ਹੈ ਤੇ ਜੇ ਮੈਨੂੰ ਫੋਲੋ ਕਰਦੇ ਹੋ ਮੈਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਇੱਕ ਵਾਰ ਕਰੋ ਪਾਉਜ਼ ਤਾਂ ਪਹਿਲਾਂ YouTube ਨੂੰ ਖੋਲੋ ਤੇ ਓਪਨ ਕਰੋ ਕੁਲਤੇਜ ਵਰਮਨ ਨੂੰ ਸਰਚ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤੇ نیچے ਇੱਕ ਵੀਡੀਓ ਹਲੇ ਉਥੇ ਅਪਲੋਡ ਹੋਇਆ ਹੋਇਆ ਤੇ ਉਥੇ ਜ਼ਰੂਰ ਮੈਂਸ਼ਨ ਕਰੋ ਮੈਂ ਜ਼ਰੂਰ ਤੁਹਾਡੇ ਕਮੈਂਟ ਪੜ੍ਹਾਂਗਾ ਕਿ ਰეკਮੈਂਡ ਬਾਈ ਰਮਨ ਸ਼ਰਮਾ ਤੇ ਮੈਨੂੰ ਬਹੁਤ ਖੁਸ਼ੀ ਹੋਗੀ ਤੇ ਮੇਰੇ ਭਰਾ ਨੂੰ ਵੀ ਹੋਏਗੀ ਕਿ ਮੈਂ ਰਮਨ ਸ਼ਰਮਾ ਨੇ ਮੇਰੀ ਰੱਜ ਕੇ ਸਪੋਰਟ ਕੀਤੀ ਹੈ ਤੇ ਮੈਨੂੰ ਵੀ ਖੁਸ਼ੀ ਹੋਵੇ ਕਿ ਮੈਨੂੰ ਜਿੰਨੇ ਫਾਲੋ ਕਰਦੇ ਆ ਮੇਰੀ ਗੱਲ ਨੂੰ ਮੰਨਦੇ ਆ ਸੋ ਹੋਰ ਕਿਸੇ ਕੰਮ ਨੂੰ ਰਮਨ ਨਹੀਂ ਕਹਿੰਦਾ ਹੈਗਾ ਤਾਂ ਇਹ ਕੰਮ ਮੇਰਾ ਸਪੈਸ਼ਲ ਹੈ ਮੈਂ ਹੱਥ ਜੋੜ ਕੇ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਕਿ ਭਰਾ ਦੀ ਪੂਰੀ ਰੱਜ ਕੇ ਸਪੋਰਟ ਕਰੋ ਤੇ ਵੀਡੀਓਜ਼ ਤੁਹਾਨੂੰ ਨਵੀਆਂ ਤੋਂ ਨਵੀਆਂ ਮਿਲਣਗੀਆਂ ਤੁਹਾਨੂੰ ਕਨਸੈਪਟ ਪ੍ਰੋਪਰ ਮਿਲਣਗੇ ਕੀ ਪਰਸੈਂਟੇਜ ਤੇ ਬਾਹਰ ਕਿਵੇਂ ਜਾਣਾ ਮਤਲਬ ਰਿਲੇਟਡ ਟੂ ਅ ਅਬਰਾਡ ਕੱਲੀ-ਕੱਲੀ ਚੀਜ਼ ਗਰੋਸਰੀ ਤੋਂ ਲੈ ਕੇ ਮੈਂ ਕਹਿੰਦਾ ਰੈਂਟ ਕਿਵੇਂ ਪੇ ਕਰਨਾ ਹੈ ਕੰਮ ਕਿਵੇਂ ਲੱਭਣਾ ਹੈ ਹਰ ਇੱਕ ਨਵੇਂ ਤੋਂ ਨਵੇਂ ਕਨਸੈਪਟ ਇਸ ਚੈਨਲ ਦੇ ਉੱਤੇ ਤੁਹਾਨੂੰ ਮਿਲਣਗੇ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਕੁਲਤੇਜ ਵਰਮਾ ਤੇ ਜਰੋ ਸਬਸਕ੍ਰਾਈਬ ਹੋ ਗਿਆ نیچے ਕਮੈਂਟ ਜਰੂਰ ਕਰਿਓ ਰეკਮੈਂਡ ਬਾਏ ਰਮਨ ਸ਼ਰਮਾ ਤੇ ਨਾਲ ਦੀ ਨਾਲ ਆਜੋ ਮੇਰੀ ਕਲਾਸ ਚ ਵਾਪਸ ਤੇ 1 ਘੰਟਾ ਫੋਨ ਨੂੰ ਫੜੋ ਹੱਥ ਚ ਜਾਂ ਲੈਪਟਾਪ ਨੂੰ ਰੱਖੋ ਹੈੱਡਫੋਨ ਲਾ ਲਓ ਦੁਨੀਆ ਨੂੰ ਭੁੱਲ ਜਾਓ ਉਸ ਤੋਂ ਬਾਅਦ ਤੁਸੀਂ ਇਹ ਫੀਲ ਕਰੋਗੇ ਕਿ ਇਸ ਕਲਾਸ ਵਰਗੀ ਕੋਈ ਕਲਾਸ ਕਦੇ ਨਹੀਂ ਸੀ ਤੇ ਮੈਨੂੰ ਆਪ ਨੂੰ ਫੀਲ ਹੋਇਆ ਸੱਚੀ ਨਹੀਂ ਸੀਗੀ ਤੁਹਾਨੂੰ ਫੀਲ ਕਰਿਓ ਯਾਰ ਟੀਚਿੰਗ ਮੈਥਡ ਕੀ ਹੈ ਪੜਾਉਂਦੇ ਪੜਾਉਂਦੇ ਰਮਨ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਬੱਚੇ ਕਿੰਨਾ ਹੱਸਦੇ ਆ ਕਲਾਸ ਚ ਕੀ ਐਨਜੋਏ ਹੁੰਦਾ ਤੇ ਅਸਲੀ ਟ੍ਰੇਨਰ ਉਹ ਹੁੰਦਾ ਜਿਹੜਾ ਬੋਰ ਨਾ ਹੁਣ ਦੇਵੇ ਤੇ ਆਓ ਆਪਾਂ ਸ਼ੁਰੂ ਕਰਦੇ ਆਂ ਆਪਣੀ ਕਲਾਸ ਪਰ ਫਿਰ ਮੈਂ ਲਾਸਟਿਕ ਹੈ ਨਾ ਚੈਨਲ ਸਬਸਕ੍ਰਾਈਬ ਕਰਿਆ ਹੈ ਨਾ ਡਨ ਜੇ ਕਰਤਾ ਤਾਂ ਆਓ ਵੀਡੀਓ ਮੇਰੇ ਵੱਲੋਂ ਤੇ ਜਰੂਰ ਵੀਡੀਓ ਦੇ ਐਂਡ 'ਚ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿਵੇਂ ਦਾ ਲੱਗਿਆ ਲਵ ਯੂ एवरीवन ਤੇ ਆਉਨੇ ਆ ਮੇਰੀ ਕਲਾਸ ਦੇ ਵਿੱਚ ਟੇਕ ਕੇਅਰ ਲੈਵੀ એનર્ਜੀ ਰੱਖੋ ਮੁੰਡਿਓ ਕੁੜੀਓ ਸਾਰੇ ਫਸਟ ਆਫ ਆਲ ਗੁੱਡ ਮਾਰਨਿੰਗ ਟੂ एवरीवन ਗੁੱਡ ਮਾਰਨਿੰਗ ਸਾਰਾ ਅੱਜ ਦੀ ਕਲਾਸ ਫਰਡੇ ਫਰਡੇ ਬੋਲੇ ਤੋਂ ਡਿਸਕਸ਼ਨ ਡੇ ਡਿਸਕਸ਼ਨ ਡੇ ਅਲੇ ਦਿਨ ਇੱਕ ਗੱਲ ਯਾਦ ਰੱਖਿਓ ਦਿਸ ਇਜ਼ ਦਾ ਕਲਾਸ ਵਿਚ ਇਜ਼ ਮਾਈ ਫੇਵਰਿਟ ਤੇ ਜਿਹੜੀ ਮੇਰੇ ਸਾਰੇ ਬੱਚਿਆਂ ਦੀ ਫੇਵਰਿਟ ਹੈ ਇਸ ਕਲਾਸ ਦੇ ਵਿੱਚ ਮੈਂ ਤੁਹਾਨੂੰ ਟੀਚ ਕਰਦਾ ਕਿ ਕਿਹੜੇ ਕਿਹੜੇ ਮੋਡੀਊਲ ਨੂੰ ਕਿਸ ਤਰੀਕੇ ਨਾਲ ਪਰਫਾਰਮ ਕਰਨੇ ਕਿਹੜੇ ਮੋਡੀਊਲ ਨੂੰ ਕਿਉਂਕਿ ਬੱਚੇ ਨਾ ਪਹਿਲੀ ਚੀਜ਼ ਮੈਂ ਤੁਹਾਨੂੰ ਇਹ ਦੱਸਦਾ ਕੰਫੀਡੈਂਸ ਕਿਸੇ ਬਾਜ਼ਾਰ ਚੋਂ ਨਹੀਂ ਮਿਲਦਾ ਇਹ ਕਲੀਅਰ ਹੈ ਕੋਈ ਦੁਕਾਨ ਨਹੀਂ ਹੈਗੀ ਵੀ ਦੁਕਾਨ ਦੇ ਕਿ ਲਫਾਫਾ ਲੈ ਕੇ ਕਹ ਰਿਹਾ ਵੀ 20 ਰੁਪਏ ਦਾ ਕੌਨਫੀਡੈਂਸ ਹੈ ਕਿਤੋਂ ਨਹੀਂ ਪਵਾ ਸਕਦੇ ਅਗਰੀ ਕਰਦੇ ਹੋ ਯੈਸ ਸਰ ਤਾਂ ਕੌਨਫੀਡੈਂਸ ਦਾ ਮਤਲਬ ਕੀ ਹੈ ਆ ਕਲਾਸਿਕ ਕੱਲੋ ਮੈਂ ਸਟੂਡੈਂਟ ਮੇਰੇ ਉਰੇ ਆ ਗਿਆ ਖੜਖੜ ਕੇ ਬੋਲ ਕੇ ਕਹੇ ਸੀ ਸ਼ੁਰੂ ਚ ਪਹਿਲੇ ਡਰੇ ਵੀ ਬਹੁਤ ਆਏ 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 ਇੱਕ ਤਾਂ ਇਹੋ ਜਿਹਾ ਸੀਗਾ ਬਾਈ ਗੋਡ ਤੁਹਾਡੇ ਤੋਂ ਪਿਛਲੇ ਬੈਚ ਦਾ ਮੈਂ ਕਿਹਾ ਇੰਟਰੋਡਕਸ਼ਨ ਦੇ ਕਹਿੰਦਾ ਓਕੇ ਉਰੇ ਆਇਆ ਕਹਿੰਦਾ ਆਏ ਹਾਏ ਸੱਚੀ ਕਹਿ ਰਿਹਾ ਇੱਥੇ ਆ ਕੇ ਲੱਤਾ ਗੰਬਣ ਲੱਗ ਜਾਂਦੇ ਨੇ ਅਰੇ ਇੰਨਾ ਕੱਠ ਦੇਖ ਕੇ ਤਾਂ ਉਹ ਤਮੇ ਤਾਨੂੰ ਹਰੇਕ ਨੂੰ ਕਹਿਣਾ ਕਿ ਕੰਫੀਡੈਂਸ ਤਾਂ ਆਊਗਾ ਜੇ ਰਮਨ ਦੀ ਕਲਾਸ ਨੂੰ ਜੁਆਇਨ ਕਰੋਗੇ ਤੇ ਉਰੇ ਆ ਕੇ ਖੜੋਗੇ ਅੱਗੇ ਉਰੇ ਬਲਵਾਊਗਾ ਆਪਣੀ ਸੀਟ ਤੇ ਵੀ ਨਹੀਂ ਖੜੇ ਹੋਣਾ ਅੱਜ ਸਾਰੇ ਮੋਡਿਊਲਸ ਪੜਾਊਗਾ ਤੇ ਕੱਲੇ-ਕੱਲੇ ਬੱਚੇ ਨੂੰ ਇੱਕ ਗੱਲ ਹੋਰ ਯਾਦ ਰੱਖਿਓ ਤੁਹਾਨੂੰ ਕਿਤੇ ਇੱਕ ਅੱਖਰ ਦਾ ਵੀ ਡਾਊਟ ਹੋਗਾ ਤੁਸੀਂ ਰੇਜ਼ ਹੈਂਡ ਮਾਰਿਓ ਨਾਲ ਦੀ ਨਾਲ ਮੈਂ ਤੁਹਾਨੂੰ ਸੈਟੀਸਫਾਈ ਕਰੂੰਗਾ ਪਰ ਜਿਹੜਾ ਕੁਐਸਚਨ ਹੋਏਗਾ ਉਹ ਲੌਜੀਕਲ ਹੋਣਾ ਚਾਹੀਦਾ ਇਹ ਨਹੀਂ ਹੈ ਕਹਿੰਦਾ ਵੀ ਸਰ ਈ ਦੀ ਡੰਡੀ ਐਵੇਂ ਕਰਤੋ ਨਹੀਂ ਹੈਗੀ ਥੈਟ ਇਜ਼ ਨਾਟ ਅ ਲੌਜੀਕਲ ਹੈ ਨਾ ਤੁਹਾਨੂੰ ਕੋਈ ਐਗਜ਼ਾਮਪਲ ਨਹੀਂ ਆਉਂਦੀ ਤੁਹਾਨੂੰ ਕੋਈ ਲਿਖਣਾ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਇਹ ਰਾਈਟਿੰਗ ਟਾਸਕ 2 ਦਾ ਜਿਹੜਾ ਸਟਰਕਚਰ ਹੈ ਨਾ ਬਿਲੀਵ ਕਰਿਓ ਮੇਰੇ ਸ਼ਬਦਾਂ ਤੇ ਤੁਸੀਂ ਕਿਸੇ ਜਗ੍ਹਾ ਤੇ ਜਾ ਕੇ ਦੇਖ ਲਓ ਕਿਤੇ ਕੋਲੇ ਪੜ ਕੇ ਦੇਖ ਲਓ ਕੋਈ ਬੰਦਾ ਇਸ ਤਰੀਕੇ ਨਾਲ ਨਹੀਂ ਸਮਝਾਊਗਾ ਅਗਲਾ ਤੁਹਾਨੂੰ ਇਹ ਕਹੂਗਾ ਆਰਏਜੀ ਰਾਈਟਿੰਗ ਟਾਸਕ 2 ਆ ਸੈਂਪਲ ਆਂਸਰ ਮੇਰੇ ਭੈਣ ਭਰਾਓ ਇੱਕ ਗੱਲ ਯਾਦ ਰੱਖਿਓ ਕਦੇ ਵੀ ਕਿਸੇ ਸੈਂਪਲ ਆਨਸਰ ਦੇ ਪਿੱਛੇ ਨਾ ਲੱਗਿਓ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸੈਂਪਲ ਆਨਸਰ ਪਤਾ ਕੀ ਹੁੰਦਾ ਹੈ ਉਹ ਪਤਾ ਕੀ ਕਹਿੰਦੇ ਬੀ ਬਣੀਆਂ ਬਣਾਈਆਂ ਲਾਈਨਾਂ ਨੇ ਵਿੱਚ ਦੋ ਦੋ ਚਾਰ ਚਾਰ ਅੱਖਰ ਫਿੱਟ ਕਰ ਦੋ ਮੈਂ ਇਹ ਸਭ ਤੋਂ ਵਰਸਟ ਗੱਲ ਮੰਨਦਾ ਕਿ ਇੱਕ ਟ੍ਰੇਨਰ ਯਾਰ ਜੇ ਬੱਚੇ ਨੂੰ ਆ ਚੀਜ਼ਾਂ ਸਿਖਾਊਗਾ ਹਾਊਸ ਇਟ ਪੋਸੀਬਲ ਕਿ ਉਹ ਪੇਪਰ ਕਲੀਅਰ ਕਰ ਜਾਊਗਾ ਪੇਪਰ ਦਾ ਕੀ ਪਤਾ ਕੀ ਆਜੇ ਇੱਕ ਵਾਰ ਕਿਸੇ ਨੂੰ ਟੈਂਸ ਪੜਾ ਰਿਆ ਸੀ ਸਭ ਤੋਂ ਵੱਡੀ ਗਲਤੀ ਦੱਸਾਂ ਆਪਣੀ ਜ਼ਿੰਦਗੀ ਦੀ ਉਹ ਸਕੂਲ ਚੋਂ ਪੜਾਇਆ ਨਾ ਕਿਨੇ ਕਿਨੇ ਐਵੇਂ ਪੜਾਇਆ ਟੈਂਸ ਦਾ ਹਾਂ ਦੀ ਹਾਂ ਦੇ ਹਾਂ ਤਾਂ ਆ ਗਿਆ ਰਿਹਾ ਹਾਂ ਰਹੀ ਹਾਂ ਆ ਚੁੱਕਾ ਕਿੜ ਕਿੜੇ ਪੜਾਈ ਨੇਵੇਂ ਵੈਰੀਓ ਲਗਭਗ ਦੀਪ ਸਾਰੇ ਪਿੱਛੇ ਦਿਖਾਈ ਪਿੱਛੇ ਆਪਣੇ ਜਿਹੜੇ ਬੈਠੇ ਆ ਕੱਲੇ ਕੱਲੇ ਤੇ ਸਾਰਿਆਂ ਨੂੰ ਆ ਚੀਜ਼ ਪਤਾ ਹੈ ਦੀਪ ਉੱਥੇ ਰੱਖ ਕੈਮਰਾ ਜਾਣਾ ਚਾਹੀਦਾ ਤੇਰਾ ਸਾਰੇ ਬੱਚੇ ਆਪਣੇ ਜ਼ਰੂਰੀ ਨੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬੱਚਾ ਮੈਂ ਟੈਂਸ ਕਰਾਇਆ ਵੀ ਰਿਹਾ ਹਾਂ ਰਹੀ ਹਾਂ ਰਹਾ ਉਹ ਜਵਾਕ ਨੇ ਰੱਟਾ ਮਾਰ ਲਿਆ ਕਰਿਆ ਕਰੀ ਮਮੀ ਕਹਿੰਦੀ ਆਪਣੀ ਮਮੀ ਨੂੰ ਬਰੇ ਕਹਿੰਦਾ ਕਹਦਾ ਪੁੱਛ ਫਿਰ ਅੰਗਰੇਜ਼ੀ ਚ ਕੁਝ ਪੁੱਛਣਾ ਜੀ ਕਹਿੰਦੇ ਕੀ ਕਰਨ ਡਿਆ ਐ ਉਹਨੇ ਚੱਕ ਲਈ ਕਿਤਾਬ ਮੇਰੇ ਲਈ ਜੀ ਚ ਮੈਂ ਲਿਖਾਈ ਸੀ ਦਾ ਹਾਂ ਦੀ ਹਾਂ ਰਿਹਾ ਹਾਂ ਚੁੱਕਾ ਹਾਂ ਸੀ ਆ ਰਿਹਾ ਸੀ ਡਿਆ ਅਗਲੇ ਦਿਨ ਬਾਇਗੋਟ ਜਵਾਕ ਨੇ ਮੈਨੂੰ ਆ ਕੇ ਗੱਲ ਪੁੱਛੀ ਕਹਿੰਦਾ ਸਰ ਡਿਆ ਵਾਲਾ ਟੈਂਸ ਕਿਹੜਾ ਹੈ ਉਹ ਮੈਂ ਕਹਿੰਦਾ ਪੰਜਾਬੀ ਆ ਕਈ ਲੋਕ ਐ ਵੀ ਕੀ ਕਰ ਰਿਹਾ ਤੀ ਕਿਤੇ ਜਾ ਰਿਹਾ ਤੀ ਕਹਿਣ ਦਾ ਮਤਲਬ ਇਹ ਕਿ ਆ ਚੀਜ਼ ਨਾਲ ਮੈਂ ਫਿਰ ਬੱਚਿਆਂ ਨੂੰ ਸਿਖਾਉਣਾ ਹੀ ਹਟ ਗਿਆ ਕਿਉਂਕਿ ਦਿਸ ਇਜ਼ ਨਾਟ ਅ ਵੇ ਕਿ ਮੈਂ ਕਿਸੇ ਬੰਦੇ ਨੂੰ ਆ ਚੀਜ਼ ਪੜਾਵਾ ਸਭ ਤੋਂ ਪਹਿਲੀ ਚੀਜ਼ ਰਾਈਟਿੰਗ ਕਿ ਟਾਸਕ ਹੈ ਜਿਹੜਾ ਇਹ ਚੋਂ ਸਭ ਦੇ ਬੈਂਡ ਨੇ ਜਿਹੜੇ ਉਹ ਡਿਡਕਟ ਹੁੰਦੇ ਆ ਇਹ ਗੱਲ ਯਾਦ ਰੱਖਿਓ ਲਿਸਨਿੰਗ ਚ ਉਹ ਬੈਂਡ ਆ ਜਾਂਦੇ ਆ ਰੀਡਿੰਗ ਚ ਉਹ ਬੈਂਡ ਆ ਜਾਂਦੇ ਆ ਕਿਉਂਕਿ ਲਿਸਨਿੰਗ ਤੇ ਰੀਡਿੰਗ ਕਿਤੇ ਨਾ ਕਿਤੇ ਐਮਸੀਕਿਊ ਚ ਤੁੱਕਾ ਵੀ ਮਾਰ ਜਾਂਦੇ ਨੇ ਇਸ ਚਾਹੀਏ ਕਿ ਦਿਨਾਂ ਕਿਤੇ ਕੋਈ ਇਹ ਜਹ ਸ਼ਰਾਰਤੀ ਵੀ ਹੁੰਦਾ ਵੀ ਆਪ ਦਾ ਕਰ ਰਿਹਾ ਵੀ ਓ ਡੀ ਏ ਆਪਦੇ ਤੇ ਜਮੀ ਯਕੀਨ ਨਹੀਂ ਹੈਗਾ ਮੰਨਦੇ ਹੋ ਮੇਰੀ ਗੱਲ ਪਿਛਲੇ ਬੈਚ ਚ ਬੱਚੇ ਨਕਲ ਮਾਰਨ ਵਾਲੇ ਨਾ ਐਂਡ ਐਂਡੇ ਬੈਠੇ ਉਹਨੇ ਆਪਸ ਚ ਕਲਾਸ ਮਾਰ ਲਈ ਅੱਜ ਮੌਕ ਟੈਸਟ ਹੈ ਰਮਨ ਸਰ ਦੀ ਕਲਾਸ ਹੈ ਤੇ ਨਕਲ ਕਿਵੇਂ ਮਾਰ ਰਹੀ ਐ ਐਮ ਐਸ ਕਿਊ ਚ ਇੱਕ ਪੂਰਾ ਹਿਸ਼ਿਆਰ ਸੀ ਉਹ ਚ ਉਹਨਾਂ ਸਾਰਿਆਂ 'ਚ ਜਿਹੜਾ ਇੱਕ ਹੁਸ਼ਿਆਰ ਸੀ ਨਾ ਤੇ ਬਾਕੀ ਸਾਰੇ ਐਵੇਂ ਮਤਲਬ ਕਿ ਤੁੱਕਾ ਮਾਰਨ ਵਾਲੇ ਤਾਂ ਐਨੀ ਹਾਊ ਕੀ ਹੁੰਦਾਗਾ ਇੱਕ ਨੇ ਖੰਗਿਆ ਸਾਰੇ ਨਹੀਂ ਪੈਨਸਲਾਂ ਚੱਲ ਪੀਆਂ ਸਹੀ ਅੱਧੇ ਮਿੰਟ ਬਾਅਦ ਉਹ ਕਹਿੰਦਾ ਫੇਰ ਸਾਰੇ ਨਹੀਂ ਪੈਨਸਲਾਂ ਚੱਲ ਪੀਆਂ ਫੇਰ ਕਹਿੰਦਾ ਕਹਿੰਦਾ ਮੈਂ ਕਿਹਾ ਵੀ ਇਕੱਲੇ ਨੂੰ ਇਹ ਬਿਮਾਰੀ ਲੱਗਦੀ ਹੈ ਕੋਈ ਇੱਕ ਕੱਲਾ ਹੀ ਹੈ ਜੋ ਕਰ ਰਿਹਾ ਹੈ ਅਰ ਯਕੀਨ ਕਰੋ ਬਾਅਦ ਚੋਂ ਪਤਾ ਲੱਗਿਆ ਉਹਨਾਂ ਨੇ ਕੋਡ ਵਰਡ ਸੀਗੇ ਵੀ ਜਿਵੇਂ ਇੱਕ ਵਾਰ ਖੰਗੂਗਾਤਾ A ਦੋ ਵਾਰ ਖੰਗਿਆ B ਛਿੱਕ ਮਾਰੀ C ਪਤਾ ਨਹੀਂ D ਨਾਇਨ ਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੈਨੂੰ ਕੋਈ ਖੰਗ ਬੁਖਾਰ ਗਲਾ ਜਖਾਮ ਬਲਗਮ ਕੁਝ ਵੀ ਹੁੰਦਾ ਨਾ ਬਾਹਰ ਜਾ ਕੇ ਕਰੇ ਮਤਲਬ ਸਕਿਮੀ ਓਏ ਜਿੰਨਾ ਦਿਮਾਗ ਉਸ ਚੀਜ਼ ਤੇ ਲਾਉਂਦੇ ਆ ਨਾ ਉਨਾ ਪਾ ਆਉਰੇ ਪੜਾਉਂਗਾ ਤੇ ਉਰੇ ਲਾ ਕੇ ਦੇਖੇ ਤੇ ਤੁਹਾਨੂੰ ਫੀਲ ਕਰਾਉਣਾ ਪੜਾਉਣਾ ਕੀ ਹੁੰਦਾ ਹੈ ਰਾਈਟਿੰਗ ਟਾਸਕ ਲਾਈਟ ਬੰਦ ਕਰੀ ਪੁੱਤ ਰਾਈਟਿੰਗ ਟਾਸਕ ਦੇ 9 ਬੈਂਡ ਹੁੰਦੇ ਨੇ ਓਵਰ ਆਲ 9 ਤੇ ਬੱਚਿਆਂ ਨੇ ਪਤਾ ਕਿੰਨੇ ਹੁੰਦੇ ਨੇ 9 ਚੋਂ 5.5 ਜਾਂ 5 ਸੱਚੀ ਦੱਸ ਰਹੇ ਆ ਰਾਈਟਿੰਗ ਚੋ 7 ਸਕੋਰ ਬਹੁਤ ਸੋਹਣਾ ਹੁੰਦਾ ਹੈ 7 ਮੈਂ ਕੱਟ ਨਹੀਂ ਮੰਨਦਾ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਜਿਹੜੇ ਪੀਆਰ ਲੈਣ ਲਈ ਬੈਠੇ ਹੈ ਨਾ ਉਹ 8 77 ਵਾਲੇ ਹੁੰਦੇ ਆ ਤਾਂ 7 ਸਕੋਰ ਕੱਟ ਨਹੀਂ ਹੈਗਾ ਪਰ 94 ਕਟੋ ਕਟ 8 8.5 ਤੇ ਜਿਹੜੀ ਚੀਜ਼ ਮੈਂ ਤੁਹਾਨੂੰ ਪੜ੍ਹਾਉਂਗਾ ਤੇ ਮੈਂ ਪਲੈਨਿੰਗ ਨਾਲ ਪੜ੍ਹਾਉਂਗਾ ਤੁਹਾਨੂੰ ਫੀਲ ਹੋਊਗਾ ਵੀ ਇਹ ਰਮਨ ਸ਼ਰਮਾ ਤੋਂ ਚੀਜ਼ ਐ ਕੋਈ ਤੇ ਬੱਚਿਆਂ ਦੀ ਜ਼ਿੰਦਗੀ ਬਣਾ ਰਹੇਗਾ ਸਭ ਤੋਂ ਪਹਿਲੇ ਨੰਬਰ ਤੇ ਇੱਕ ਗੱਲ ਯਾਦ ਰੱਖਿਓ ਜਦੋਂ ਟਾਸਕ ਦੀ ਆਪਣੀ ਪਲੈਨਿੰਗ ਕੀ ਹੈ ਟਾਸਕ ਦਾ ਡਬਲ ਐਸ ਪੈ ਗਿਆ ਚਲ ਕੋਈ ਵੱਧ ਦੇ ਦਿੱਤੇ ਘਟ ਨਹੀਂ ਨਾ ਸਭ ਤੋਂ ਮੇਨ ਚੀਜ਼ ਕੀ ਐ ਪਲੈਨਿੰਗ ਜੇ ਕਿਸੇ ਬੱਚੇ ਨੂੰ ਪਲੈਨਿੰਗ ਆਉਂਦੀ ਹੈ ਉਹ ਪੇਪਰ ਕਲੀਅਰ ਕਰੂਗਾ ਜਿਹਨੂੰ ਪਲੈਨਿੰਗ ਨਹੀਂ ਆਉਂਦੀ ਉਹ ਪੇਪਰ ਨਹੀਂ ਕਲੀਅਰ ਕਰੂਗਾ ਹੋਰ ਗੱਲ ਏ ਕੋਈ ਨਹੀਂ ਰਾਈਟਿੰਗ ਦੇ ਬੈਂਡ ਸਕੋਰ ਜਦੋਂ ਪੇਪਰ ਚੋਂ ਕਈ ਵਾਰ ਆਪਣੇ ਮਨ ਚ ਪਤਾ ਕਿਉਂ ਨਾ ਦਾਦਾ ਸੀਗਾ ਵੀ ਯਾਰ ਅੱਜ ਨਾ ਮੈਡਮ ਦਾ ਮੂਡ ਸਹੀ ਹੋਵੇ ਜਦੋਂ ਮੇਰਾ ਪੇਪਰ ਚੈੱਕ ਕਰੂਗੀ ਆਪਣਾ ਜੇ ਮੂਡ ਠੀਕ ਹੈ ਤਾਂ ਨੰਬਰ ਵਧੀਆ ਆਉਣਗੇ ਤੇ ਯਕੀਨ ਕਰਿਓ ਮੂਡ ਮਾਡ ਨਾਲ ਕੋਈ ਫਰਕ ਨਹੀਂ ਹੈਗਾ ਆਲਸੇ ਬੈਂਡ ਕਿਹੜੀ ਕਿਹੜੀ ਚੀਜ਼ ਨਾਲ ਆਪਾਂ ਨੂੰ ਐਗਜ਼ਾਮੀਨਰ ਦਿੰਦਾ ਹੈਗਾ ਉਹ ਆ ਸੁਣ ਲਓ ਸਭ ਤੋਂ ਮੇਨ ਚੀਜ਼ ਕੀ ਹੁੰਦੀ ਹੈ ਸਟਰਕਚਰ ਸਟਰਕਚਰ ਦੇ ਹੁੰਦੇ ਨੇ ਨਾਈਨ ਪੈਂਡ ਸਟਰਕਚਰ ਪਤਾ ਕੀ ਹੁੰਦਾ ਹੈ ਕਿ ਇੱਕ ਐਸਏ ਨੂੰ ਤੁਸੀਂ ਇੰਟਰੋਡਕਸ਼ਨ ਲਿਖੀ ਬਾਡੀ ਪੈਰਾਗ੍ਰਾਫ ਬਣਾਇਆ ਬਾਡੀ ਪੈਰਾਗ੍ਰਾਫ 2 ਬਣਾਇਆ ਕਨਕਲੂਜਨ ਕੀਤਾ ਜਿਹੜੇ ਬਾਡੀ ਪੈਰਾਗ੍ਰਾਫ ਨੇ ਉਹਦੇ ਚ ਪ੍ਰੋਪਰ ਕਨੈਕਟਰ ਲਾਏ ਸਟੈਪ ਬਾਈ ਸਟੈਪ ਪੂਰੇ ਲਾਏ ਉੱਪਰ ਨੀਚੇ ਤਾਂ ਨਹੀਂ ਕੋਈ ਕਰਿਆ ਦਿਸ ਇਜ਼ ਕਾਲਡ ਸਟਰਕਚਰ ਇਹਦੇ ਹੋ ਗਏ 9 ਬੈਂਡ ਦੂਜੀ ਚੀਜ਼ ਕੀ ਹੁੰਦੀ ਹੈ ਦੈਟ ਇਜ਼ ਕਾਲਡ ਅ ਗ੍ਰਾਮਰ ਤੇ ਗ੍ਰਾਮਰ ਚ ਨਾ ਹਮੇਸ਼ਾ ਏ ਪਾਇਆ ਕਰੋ ਬਹੁਤ ਬੱਚੇ ਈ ਪਾਉਂਦੇ ਆ ਇਹਦੇ ਵੀ ਮੇਰੇ ਬੱਚੇ ਹੁੰਦੇ ਆ 9 ਬੈਂਡ ਸਟਰਕਚਰ ਦੇ 9 ਬੈਂਡ ਤੇ ਗ੍ਰਾਮਰ ਦੇ 9 ਬੈਂਡ ਗ੍ਰਾਮਰ ਦਾ ਮਤਲਬ ਪਤਾ ਕੀ ਹੈ ਧਿਆਨ ਨਾਲ ਸੁਣੋ ਕੋਈ ਬੱਚੇ ਨੇ ਇਸ ਲਾਇਆ ਕਿਸੇ ਨੇ ਐਮ ਲਾਇਆ ਕਿਸੇ ਨੇ ਆਰ ਲਾਇਆ ਕੋਈ ਵਧਾ ਔਕੇਲਾਤਾ ਕੋਈ ਕਟਾ ਔਕੇਲਾਤਾ ਕੋਈ ਸੈਂਟੈਂਸ ਚ ਗਲਤ ਹੋ ਗਿਆ ਸੈਂਟੈਂਸ ਸਟਰਕਚਰ ਗਲਤ ਹੋ ਗਿਆ ਸੈਂਟੈਂਸ ਸਟਰਕਚਰ ਸਮਝੋ ਨਾ ਇੱਕ ਲਾਈਨ ਪੂਰੀ ਲਿਖੀ ਹੋਰ ਮੀਨਿੰਗ ਹੋਰ ਬਣ ਗਿਆ ਇਹ ਪੂਰੀ ਗ੍ਰਾਮਰ ਨੂੰ ਨਚੋੜ ਕੱਢਿਆ ਜਾਂਦਾ ਹੈਗਾ ਵੀ ਬੰਦੇ ਦੀਆਂ ਕਿੰਨੀਆਂ ਗਲਤੀਆਂ ਨੇ ਇਹਦੇ ਮਿਲਦੇ ਆ 965 ਅਗਲੀ ਚੀਜ਼ ਆਉਂਦੇ ਥੈਟ ਇਜ਼ ਕਾਲਡ ਐਲ ਆਰ ਐਲ ਆਰ ਹੁੰਦੀ ਹੈ ਲੈਕਸਿਕਲ ਰਿਸੋਰਸ ਬੋਰਤਾ ਨਹੀਂ ਹੋ ਰੇ ਵੈਲਿਊ ਚੀਜ਼ ਦੇਉਂਗਾ ਲੈਕਸਿਕਲ ਲੈਕਸਿਕਲ ਰਿਸੋਰਸ ਇਹਦੇ ਵੀ ਹੁੰਦੇ ਆ 9 ਬੈਂਡ ਲੈਕਸਿਕਲ ਰਿਸੋਰਸ ਦਾ ਮਤਲਬ ਹੁੰਦਾ ਤੁਹਾਨੂੰ ਵੋਕੈਬਲਰੀ ਕਿੰਨੀ ਕ ਆਉਂਦੀ ਹੈ ਵੋਕੈਬਲਰੀ ਤੇ ਇਹ ਨਹੀਂ ਹੈਗਾ ਜੇ ਤੁਹਾਡੇ ਮੰਨ ਲਓ ਤੁਹਾਨੂੰ ਕਲਾਸ ਦੇ ਟੀਚਰ ਨੇ 6 ਬੈਂਡ ਦਿੱਤੇ ਤੁਸੀਂ ਆਪਣੇ ਟੀਚਰ ਨੂੰ ਇਹ ਪੁੱਛ ਸਕਦੇ ਹੋ ਤੁਹਾਡਾ ਹੱਕ ਹੈ ਵੀ ਸਰ ਜਾਂ ਮੈਡਮ ਜਾਂ ਰਮਨ ਸਰ ਤੁਸੀਂ 6 ਬੈਂਡ ਦਿੱਤੇ ਆ ਮੈਨੂੰ ਦੱਸਤਾ ਦਿਓ ਮੇਰੇ 6 ਬੈਂਡ ਆਏ ਕਿਵੇਂ ਨੇ ਮੇਰੇ ਚ ਕਿੜੀਆਂ ਕਿੜੀਆਂ ਚੀਜ਼ਾਂ ਤੁਸੀਂ ਮਤਲਬ ਦੇਖੀਆਂ ਮੇਰੀਆਂ ਤਿੰਨ ਬੈਂਡ ਉੱਪਰਲੇ ਕਿਉਂ ਨਹੀਂ ਆਏ ਰੀਜ਼ਨ ਕੀ ਸੀਗਾ ਮੈਂ ਐਵੇਂ ਦਾ ਕੀ ਕਰਾਂ ਵੀ ਮੇਰੇ ਤਿੰਨ ਪਲੱਸ ਹੋ ਜਾਣ ਜੇ ਇੱਕ ਬੱਚੇ ਨੂੰ ਗਲਤੀ ਪਤਾ ਲੱਗੂਗਾ ਉਹ ਤਾਂ ਹੀ ਤਾਂ ਆਪਣੇ ਆਪ ਨੂੰ ਸੁਧਾਰੂਗਾ ਐਲ ਆਰ ਦਾ ਮਤਲਬ ਇਹ ਹੁੰਦਾ ਕਿ बार-बार ਇੱਕੋ ਵਰਡ ਨੂੰ ਇੱਕ ਵਾਰ ਲਿਖਿਆ ਗਵਰਨਮੈਂਟ ਅਗਲੀ ਲਾਈਨ ਚ ਦੋ ਲੈਣੇ ਛੱਡ ਕੇ ਫੇਰ ਗਵਰਨਮੈਂਟ ਚਾਰ ਲੈਣਾ ਛੱਡ ਕੇ ਫੇਰ ਗਵਰਨਮੈਂਟ ਛੇ ਲੈਣਾ ਛੱਡ ਕੇ ਫੇਰ ਗਵਰਨਮੈਂਟ 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 ਉਹ ਇਹਨੂੰ ਕਹਿੰਦੇ ਇੰਗਲਿਸ਼ 'ਚ ਰੈਪੀਟੀਸ਼ਨ ਤੇ ਜੇ ਆਹ ਰੈਪੀਟੀਸ਼ਨ ਹੋਣ ਲੱਗੀ ਤਾਂ ਪੇਪਰ ਨਹੀਂ ਕਲੀਅਰ ਹੁੰਦਾ ਹੈਗਾ ਕਰਨਾ ਕੀ ਹੈ ਇੱਕ ਵਾਰ ਗਵਰਨਮੈਂਟ ਅਗਲੀ ਵਾਰ ਅਥਾਰਟੀ ਅਗਲੀ ਵਾਰ ਲਾ ਮੇਕਰ ਅਗਲੀ ਵਾਰ ਰੈਜਿਮ ਹਨਾ ਮੇਰੇ ਕਹਿੰਦਾ ਮਤਲਬ ਇਹ ਹੁਣ ਬਹੁਤ ਬੱਚੇ ਨੇ ਮਨ 'ਚ ਆ ਗਿਆ ਹੋਣਾ ਕਿ ਸਾਡੇ ਕੋਲੇ ਵੋਕੇਬਲਰੀ ਨਹੀਂ ਹੈਗੀ ਮੇਰੇ ਭੈਣ ਪੜਾਓ ਜਦ ਵੀ ਦਿਮਾਗ ਨੂੰ ਠੰਡਾ ਕਰੋ ਤੇ ਤੁਹਾਨੂੰ ਬਹੁਤ ਸੌਖੀ ਜੀ ਗੱਲ ਦੱਸਾਂ ਕੋਈ ਬਹੁਤ ਹੀ ਵੱਡੀ ਗੇਮ ਨਹੀਂ ਹੈਗੀ ਵੋਕੈਬਲਰੀ ਥਿਸ ਇਸ ਨਾਟ ਅ ਬਿਗ ਇਸ਼ੂ ਨਾ ਬਹੁਤ ਥੋੜੇ ਜੇ ਸ਼ਬਦ ਸਿੱਖਣੇ ਨੇ ਤੇ ਉਹੀ बार-बार ਰਾਈਟਿੰਗ 'ਚ ਰਿਪੀਟ ਹੁੰਦੇ ਨੇ ਇਹ ਸੱਚਾਈ ਹੈ ਬਹੁਤ ਥੋੜੇ ਜੇ ਸ਼ਬਦ ਇਹ ਤਾਂ ਯਾਰ ਕਿਸੇ ਬੰਦੇ ਨੂੰ ਡਰਾ ਦੋ ਨਾ ਨਾ ਤੂੰ ਨਹੀਂ ਰਾਈਟਿੰਗ ਕਰ ਸਕਦਾ ਇੱਕ ਤਾਂ ਬੱਚਾ ਪਹਿਲੀ ਡਰਿਆ ਹੋਇਆ ਹੈ ਦੂਜਾ ਉਹ ਜਿਵੇਂ ਅਰ ਬਹੁਤ ਬੱਚਿਆਂ 'ਚ ਇੱਕ ਡਰ ਹੁੰਦਾ ਕਿ ਸਰ ਵਰਡ ਲਿਮਿਟ ਵਰਡ ਲਿਮਿਟ ਦਾ ਮੈਂ ਬੈਟ ਲਾ ਕੇ ਕਹਿੰਦਾ ਪੇਪਰ 'ਚ ਇੰਨਾ ਪ੍ਰੈਸ਼ਰ ਹੋਗਾ 250 ਤੋਂ ਵੱਧ ਜਾਂਦੇ ਨਹੀਂ ਹੈਗੇ 250 ਤੋਂ ਵੱਧ ਪੇਪਰ 'ਚ ਜਾਂਦੇ ਨਹੀਂ ਹੈਗੇ ਇਹ ਸਚਾਈ ਹੈ ਤੇ ਲਾਸਟ ਜਿਹੜੀ ਚੀਜ਼ ਹੈ ਦੈਟ ਇਜ਼ ਕਾਲਡ ਟਾਸਕ ਰਿਸਪੌਂਸ ਟਾਸਕ ਰਿਸਪੌਂਸ ਇਹਦੇ ਵੀ ਕਿੰਨੇ ਹੁੰਦੇ ਨੇ 9 ਤੁਸੀਂ ਕਹੋਗੇ ਵੀ ਸਰ ਕਮਾਲ ਹੈ ਸਾਰਿਆਂ ਦੇ 9 9 ਨੇ ਤਾਂ 36 ਪੈਂਡ ਬਣਾਤੇ ਹੁਣ ਧਿਆਨ ਨਾਲ ਸੁਣੋ ਜਦੋਂ ਪੇਪਰ ਤੁਹਾਡਾ ਚੈੱਕ ਹੋਊਗਾ ਰਾਈਟਿੰਗ ਤੁਹਾਡੀ ਚੈੱਕ ਹੋਗੀ ਆ ਚਾਰ ਗੱਲਾਂ ਤੁਹਾਡੀਆਂ ਦੇਖੀਆਂ ਜਾਣਗੀਆਂ ਐਂਡ ਤੇ ਪੇਪਰ ਚੈੱਕ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਦੇਖੂਗਾ ਵੀ ਬੰਦੇ ਨੇ ਸਟਰਕਚਰ ਕਿਵੇਂ ਦਾ ਬਣਾਇਆ ਉਹਨੇ ਦੇਖਿਆ ਵੀ ਇੰਟਰੋਡਕਸ਼ਨ ਸਹੀ ਹੈ ਰੀਫਰੇਜ਼ ਕਰਤਾ ਥੀਸਿਸ ਕਰਤੀ ਓਕੇ ਬਾਡੀ ਪੈਰਾਗ੍ਰਾਫ 1 ਵੀ ਸਹੀ ਹੈ ਬਾਡੀ 2 ਵੀ ਸਹੀ ਹੈ ਤੇ ਬੰਦੇ ਨੇ ਜਿਹੜੇ ਕਨੈਕਟਰ ਲਾਇਏ ਸੀ ਉਹ ਵੀ ਸਾਰੇ ਪੂਰੇ ਸਹੀ ਲੱਗੇ ਨੇ ਅਰ BP1 ਤੇ BP2 ਦਾ ਕਨੈਕਟਰ ਆਪਸ 'ਚ ਮੈਚ ਵੀ ਨਹੀਂ ਕਰ ਰਿਹਾ ਉਹਨੇ ਨਾਈਨ ਚੋਂ ਤੁਹਾਨੂੰ ਫੇਰ ਵੀ ਕੀ ਕਰਿਆ 8 ਦਿੱਤੇ ਚਲੋ ਰੱਬ ਨਾ ਕਰੇ ਮਾੜਾ ਮੋਟਾ ਆਪਣੀ ਕੋਈ ਮਿਸਟੇਕ ਰਹਿ ਗਈ ਹੋਵੇ ਉਹਨੇ ਇੱਕ ਕੱਟ ਲਿਆ 8 ਆ ਗਏ ਚਲੋ ਗ੍ਰਾਮਰ ਉਹਨੇ ਦੇਖਿਆ ਵੀਰ ਗ੍ਰਾਮਰ ਵੈਰੀ ਗੁੱਡ ਹੈ ਹਨਾ ਗ੍ਰਾਮਰ ਚ ਮੁੰਡਾ ਬੜਾ ਸਟਰੋਂਗ ਹੈ ਉਹਨੇ ਗ੍ਰਾਮਰ ਚੋਂ ਉਹੋ ਲਾਸਟ ਦੇਖਿਆ ਇੱਕ ਜਗ੍ਹਾ ਤੇ ਇੱਕ ਗਲਤੀ ਕਰਤੀ ਇੱਕ ਜਗ੍ਹਾ ਤੇ ਇੱਕ ਗਲਤੀ ਕਰਤੀ ਤਿੰਨ ਕ ਗਲਤੀਆਂ ਕਰਤੀਆਂ ਉਹਨੇ ਕਹਿੰਦਾ ਚਲ ਕੋਈ ਨਾ ਯਾਰ ਗ੍ਰਾਮਰ ਚ ਆਪਾਂ ਇਹਨੂੰ 7.5 ਦਿੰਨੇ ਆ ਜਦੋਂ ਉਹਨੇ ਦੇਖਿਆ ਲੈਕਸਿਕਲ ਰਿਸੋਰਸਿਸ ਕਹਿੰਦਾ ਯਾਰ ਵਾਓ ਮਤਲਬ ਬੰਦਾ ਬੜਾ ਵਧੀਆ ਪੜਿਆ ਲਿਖਿਆਗਾ ਪੜਿਆ ਲਿਖਿਆ ਮਤਲਬ ਕਿ ਇਹਨੂੰ ਪੂਰਾ ਪਤਾ ਹੈ ਵੀ ਕਿਹੜੀ ਜਗ੍ਹਾ ਤੇ ਵੋਕੈਬਲਰੀ ਚੇਂਜ ਹੋਊਗੀ ਕਿੱਥੇ ਨਹੀਂ ਹੋਊਗੀ ਉਹਨੇ ਕੀ ਕਰਿਆ ਇਹਨੂੰ 8 ਦਿੱਤੇ ਲਾਸਟ 'ਤੇ ਆ ਕੇ ਉਹ ਤੇਰਾ ਭਲਾ ਹੋ ਜੇ ਤੇਰਾ ਸਟਰਕਚਰ ਵੀ ਸਹੀ ਹੈ ਤੇਰੀ ਗ੍ਰਾਮਰ ਵੀ ਸਹੀ ਹੈ ਤੈਨੂੰ ਵੋਕੈਬਲਰੀ ਵੀ ਆਉਂਦੀ ਹੈ ਟਾਪਿਕ ਤੋਂ ਥੋੜਾ ਪਟਕ ਗਿਆ ਇੱਕ ਪੈਰੇ 'ਚ ਤਾਂ ਸਹੀ ਪੁਆਇੰਟ ਦੇਤਾ ਅਗਲੇ ਪੈਰੇ ਦੇ ਵਿੱਚ ਅਚਾਨਕ ਕੀ ਹੋਇਆ ਭਰਾਵਾ ਤੇਰਾ ਪੁਆਇੰਟ ਹੈ ਜਿਹੜਾ ਉਹ ਚੇਂਜ ਹੋ ਗਿਆ ਤੂੰ ਕੋਈ ਹੋਰ ਵੀਊ ਦੀ ਗੱਲ ਕਰ ਗਿਆ ਜਿਹੜੀ ਟੌਪਿਕ ਨਾਲ ਤਾਂ ਮਿਲਦੀ ਹੋਣੀ ਸੀਗੀ ਅਚਾਨਕ ਕੀ ਹੋਇਆ ਉਹਨੇ ਤੈਨੂੰ ਵਿੱਚੋਂ 5 ਦਿੱਤੇ ਮਤਲਬ ਕਹਿੰਦਾ ਹੈ ਟਾਸਕ ਰਿਸਪੌਂਸ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਪੁੱਛਿਆ ਉਹੀ ਜਵਾਬ ਦਿੱਤਾ ਹੈ ਜੋ ਪੁੱਛਿਆ ਉਹੀ ਜਵਾਬ ਦਿੱਤਾ ਨਾ ਇਹਨੂੰ ਟਾਸਕ ਰਿਸਪੌਂਸ ਕਹਿੰਦੇ ਨੇ ਜਿਵੇਂ ਕਿ ਇਹ ਚੋਂ ਦਿੱਤੇ 5 ਫਿਰ ਉਹ ਕੀ ਕਰੇਗਾ ਕੈਲਕੂਲੇਟਰ ਚੱਕੂਗਾ ਕੈਲਕੂਲੇਟਰ ਨੂੰ ਜਦੋਂ ਉਹਨੇ ਚੱਕਿਆ ਤਾਂ ਉਹਨੇ ਕੀ ਕਰਨੇਗਾ ਦੇਖਣਾ ਵੀ ਪਹਿਲੇ ਚੋ ਬੰਦੇ ਦੇ ਕਿੰਨੇ ਆਏ ਸੀਗੇ 8 8 ਲਿਖ ਲਿਆ ਪਲੱਸ ਦੂਜੇ ਚ ਕਿੰਨੇ ਆਏ ਸੀ 7.5 ਲਿਖ ਲਿਆ ਪਲੱਸ ਅਗਲੇ ਚ ਕਿਹੇ ਆਏ ਸੀ ਪਲੱਸ ਕਰ ਲਿਆ ਕਿੰਨੇ ਆਏ ਸੀ ਪਲੱਸ ਕਰ ਲਿਆ ਮਤਲਬ 28.5 ਹੋਗੇ ਨਾ ਫਿਰ ਉਹਨੇ ਕੀ ਕਰਨ ਨੂੰ ਡਿਵਾਈਡ ਬਾਏ 4 ਡਿਵਾਈਡ ਬਾਏ 4 ਪਿੱਛੇ ਰਹਿ ਗਿਆ 7.125 ਤੇ ਜਦੋਂ 7 ਤੋਂ ਬਾਅਦ ਪੁਆਇੰਟ ਲਾ ਕੇ ਕੁਝ ਵੀ ਵੱਧ ਗਿਆ ਤੇ 7.5 ਹੋ ਗਿਆ। ਓਵਰਆਲ ਤੁਹਾਡਾ ਬੈਂਡ ਸਕੋਰ 7.5 ਬਣ ਗਿਆ। ਇਹ ਨਹੀਂ ਹੈਗਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਧਿਆਨ ਨਾਲ ਸੁਣੋ ਔਰੇ ਵੀ ਕਿਸੇ ਨੂੰ ਕੋਈ ਸਵਾਲ ਹੈ ਕੁਐਸਚਨ ਹੈ ਤੁਸੀਂ ਪੁੱਛੋ ਸੈਟੀਸਫਾਈ ਕਰੂੰਗਾ। ਰਾਈਟਿੰਗ ਇਹ ਨਹੀਂ ਹੈਗਾ ਕਿ ਤੁੱਕਾ ਮਾਰ ਕੇ ਚੈੱਕ ਹੋ ਗਈ। ਰਾਈਟਿੰਗ 'ਚ ਤੁਹਾਡੀ ਸਭ ਤੋਂ ਪਹਿਲਾਂ ਗ੍ਰਾਮਰ ਦੇਖੀ ਜਾਊਗੀ। ਫਿਰ ਦੇਖਿਆ ਜਾਊਗਾ ਕਿ ਬੰਦੇ ਨੇ ਜੋ ਟੌਪਿਕ ਪੁੱਛਿਆ ਉਹੀ ਲਿਖਿਆ ਨਾ ਉਹ ਚੈੱਕ ਕਰਿਆ ਜਾਊਗਾ। ਫਿਰ ਦੇਖਿਆ ਜਾਊਗਾ ਵੀ ਯਾਰ ਇਹਦਾ ਟਾਸਕ ਰਿਸਪੌਂਸ ਸਹੀ ਸੀਗਾ, ਗ੍ਰਾਮਰ ਸਹੀ ਸੀ, ਵੋਕੈਬਲਰੀ ਬਾਰ ਬਾਰ ਤਾਂ ਨਹੀਂ ਕਿਸੇ ਸ਼ਬਦ ਨੂੰ ਲਿਖਿਆ ਹੁਣ ਤੁਸੀਂ ਜਿਹੜਾ ਮੇਰਾ ਐਸੇ ਦੇਖੋਗੇ ਜਿਹੜਾ ਮੈਂ ਤੁਹਾਨੂੰ ਪੜਾਉਂਗਾ ਐਸੇ ਉਹਦੇ ਚ ਕੀ ਹੋਊਗਾ ਸਭ ਤੋਂ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਨਾਲ ਤੁਸੀਂ ਸਟਰਕਚਰ ਦਿਖਾਉਂਗਾ ਵੀ ਆਹ ਦੇਖੋ ਮੇਰਾ ਸਟਰਕਚਰ ਲਿਖਿਆ ਹੋਇਆ ਨੰਬਰ 1 ਨੰਬਰ 2 ਤੇ ਮੈਂ ਤੁਹਾਨੂੰ ਦਿਖਾਉਂਗਾ ਵੀ ਦੇਖੋ ਮੇਰਾ ਐਲ ਆਰ ਕਿੰਨਾ ਵਧੀਆ ਮੈਂ ਕਿਸੇ ਸ਼ਬਦ ਨੂੰ ਬਾਰ ਬਾਰ ਨਹੀਂ ਰਿਪੀਟ ਕੀਤਾ ਤੇ ਆਪਾਂ ਮਸ਼ੀਨ ਨਹੀਂ ਹੈਗੇ ਇਹ ਵੀ ਗੱਲ ਸੁਣ ਲਓ ਦੱਬਣ ਦੀ ਲੋੜ ਨਹੀਂ ਹੈਗੀ ਕਿ ਜੇ ਤੁਹਾਨੂੰ ਕੋਈ ਵਰਡ ਦਾ ਵੋਕੈਬਲਰੀ ਆਵੇ ਨਾ ਤੁਸੀਂ ਚੱਕਰ ਖਾ ਕੇ ਡਿੱਗ ਜਾਓ ਹੁੰਦਾ ਨਾ ਵੀ ਸਰ ਤੁੰਦਲਾ ਤੁੰਦਲਾ ਤੁਨ ਵੀ ਦਿਖ ਰਿਹਾ ਹੈ ਵੀ ਬੇਟੇ ਮੈਨੂੰ ਨਹੀਂ ਤੇਰੇ ਕੋਲ ਕਲਾ ਕੁਐਸਚਨ ਪੇਪਰ ਹੈ ਤੈਨੂੰ ਤੈਨੂੰ ਦਿਖ ਰਿਹਾਗਾ ਹੈ ਕਈ ਕਈ ਵਾਰ ਹੋਇਆ ਨਾ ਵੀ ਸਰ ਦੇ ਲੈ ਕਿਹੜਾ ਹੋ ਗਿਆ ਤਾਂ ਬੇਨਤੀ ਹੈ ਕਿ ਮੈਂ ਤੁਹਾਨੂੰ ਲੈਕਸਿਕਲ ਰਿਸੋਰਸ ਦਿਖਾਉਂਗਾ ਮੈਂ ਤੁਹਾਨੂੰ ਸਟਰਕਚਰ ਦਿਖਾਉਂਗਾ ਮੈਂ ਤੁਹਾਨੂੰ ਟਾਸਕ ਰਿਸਪੌਂਸ ਦਿਖਾਉਂਗਾ ਵੀ ਦੇਖੋ ਮੈਂ ਪੂਰਾ ਜੋ ਟਾਪਿਕ ਨੇ ਪੁੱਛਿਆ ਉਹੀ ਦੱਸਿਆ ਮੈਂ ਤੁਹਾਨੂੰ ਲਾਸਟ ਆਕੇ ਇਹਦੀ ਗ੍ਰਾਮਰ ਦਿਖਾਉਂਗਾ ਵੀ ਮੇਰੀ ਕੋਈ ਮਿਸਟੇਕ ਨਹੀਂ ਤੇ ਚਾਰਾਂ ਦੇ ਵਿੱਚੋਂ ਜਦੋਂ ਮੇਰੇ ਪੂਰੇ ਪੂਰੇ ਬੈਂਡ ਆਉਣਗੇ ਮੈਂ ਕਿਉਂ ਨਾ 9 ਚੋਂ ਹਿੱਟ ਕਰੂੰਗਾ ਬੈਂਡ ਬਸ ਫਰਕ ਇਹ ਹੈ ਕਿ ਰਾਈਟਿੰਗ ਚੋਂ 9 ਚੋਂ 9 ਲੈਣੇ ਓਵੇਂ ਐ ਜਿਵੇਂ 10ਵੀਂ ਕਲਾਸ ਦੇ ਹਿਸਟਰੀ ਦੇ ਪੇਪਰ ਚੋਂ 100 ਚੋਂ 100 ਲੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਮੈਥ ਚੋਂ 100 ਚੋਂ 100 ਆ ਜਾਂਦਾ ਹੈ ਹਿਸਟਰੀ ਰਿਲੀਜੀਅਨ ਚੋਂ ਨਹੀਂ ਆਉਂਦਾ ਆ ਰਾਈਟਿੰਗ ਉਹ ਚੀਜ਼ ਐ ਬਸ ਆ ਰਾਈਟਿੰਗ ਉੱਚੀ ਜਾਏ 8 ਆ ਜਾਂਦੇ ਨੇ 8.5 ਆ ਜਾਂਦੇ ਨੇ 9 ਹਿੱਟ ਨਹੀਂ ਹੁੰਦਾ ਉਹ ਵੀ ਬਹੁਤ ਰੇਅਰ ਬਹੁਤ ਆਮ ਨਹੀਂ ਬਹੁਤ ਇਹ ਵੀ ਨਹੀਂ ਹੈਗਾ ਜਮ ਨਹੀਂ ਆਉਂਦਾ ਜੇ ਬੜਾਇਆ ਤਾਂ ਆਊਗਾ ਕਿਸੇ ਕਿਸੇ ਦਾ ਗੱਲ ਖਤਮ ਆਜੋ ਸਭ ਤੋਂ ਪਹਿਲੀ ਚੀਜ਼ ਤੇ ਆਪਾਂ ਦੇਖ ਰਹੇ ਹਾਂ ਆ ਸਟਰਕਚਰ ਕਲੀਅਰ ਕਰਤਾ ਹੁਣ ਅੱਜ ਦਾ ਟਾਪਿਕ ਹੈ ਜਿਹੜਾ ਪਹਿਲਾਂ ਮੈਂ ਉਹ ਤੁਹਾਨੂੰ ਪੜਾਉਣਾ ਕੀ ਹੈ ਟਾਪਿਕ ਹੈ ਮੇਰੇ ਬੱਚੇ 댓 ਇਜ਼ ਕਾਲਡ ਆਪਾਂ ਚੱਲਦੇ ਹਾਂ ਟਾਪਿਕ ਤੇ ਆਲੋ ਹੁਣ ਤੁਹਾਨੂੰ ਮੈਂ ਬੜੀ ਵਧੀਆ ਚੀਜ਼ ਸਮਝਾਉਂਗਾ ਤਰੀਕੇ ਨਾਲ ਟਾਪਿਕ ਦੇਖੋ ਕੀ ਹੈ ਟਾਪਿਕ ਹੈ ਕਿ ਨਾ ਪੀਪਲ ਇਨ ਦਾ ਪਾਸਟ ਲਿਵਡ ਅ ਲੌਂਗ ਐਂਡ ਹੈਲਥੀ ਲਾਈਫ ਜਿਹੜੇ ਲੋਕ ਪੁਰਾਣੇ ਪਾਸਟ ਚ ਰਹਿੰਦੇ ਸੀ ਉਹਨਾਂ ਦੀ ਜ਼ਿੰਦਗੀ ਬੜੀ ਹੈਲਦੀ ਸੀ ਬੜੀ ਲੰਬੀ ਉਮਰ ਜਿਉਂਦੇ ਸੀ ਆਹ ਗੱਲ ਮੰਨਦੇ ਹੋ ਥੋੜੇ ਜਾਂ ਮੇਰੇ ਤੋਂ ਕਿਸੇ ਤੋਂ ਗੋਡਿਆਂ 'ਪਾਰ ਬਹੁਤ ਲੰਬਾ ਟਾਈਮ ਬੈਠੇ ਨਹੀਂ ਜਾਂਦਾ ਮੰਨੋ ਚਾਹੀਏ ਨਾ ਮੰਨੋ ਇਹ ਸੱਚਾਈ ਹੈ ਅੱਜ ਦੇ ਟਾਈਮ ਦੀ ਪੈਰਾਪਾਰ ਨਹੀਂ ਬੈਠੇ ਦਾ ਰਨਿੰਗ ਕਰਕੇ ਆਉ ਥੋੜੀ ਜੀਵ ਨਿਕਲ ਜਾਂਦੀ ਹੈ ਸਾਰਿਆਂ ਦੀ ਗੱਲ ਨਹੀਂ ਕਰਦਾ ਕਈ ਮਿਹਨਤੀ ਵੀ ਨੇ ਮੈਂ ਵੀ ਸਿਕਸ ਪੈਕ ਬਣਾਉਣ ਦੀ ਸੋਚੀ ਸੋਚੀ ਸੋਚ ਨਾਲ ਕੀ ਹੁੰਦਾ ਦੀਪਾ ਸਾਰੇ ਮੇਰੀ ਗੱਲ ਤੇ ਹੈਨਾ ਮੈਂ ਪਹਿਲੇ ਦਿਨ ਜਿੰਮ ਗਿਆ ਮੈਂ ਕਿਹਾ ਪੂਰੀ ਤਿਆਰੀ ਹੋ ਗਈ ਮੈਂ ਬਾਏ ਗੋਡ ਜਦੋਂ ਮੈਂ ਜਿੰਮ ਲੱਗਦਾ ਮੈਂ ਸਭ ਕੁਝ ਲਿਆ ਨਾ ਬਹੁਤ ਵਧੀਆ ਸ਼ੂ ਟੀ-ਸ਼ਰਟਸ ਬੈਗ ਹੈਨਾ ਪ੍ਰੋਟੀਨ A to Z ਫਿਰ ਮੈਂ ਐ ਖੜਾ ਮੈਂ ਸ਼ੀਸ਼ੇ 'ਚ ਸ냅ਚੈਟ ਜੀ ਨਹੀਂ ਬਣਾਉਦੇ ਮੈਂ ਦੀਪ ਨੂੰ ਕਹਾਂ ਮੈਂ ਦੀਪਾ ਟਿੱਡ ਦੇਖ ਰਹੇ ਕਹਿੰਦਾ ਹਾਂ ਮੈਂ ਕਹਿੰਦਾ ਇੱਕ ਮਹੀਨੇ ਬਾਅਦ بس بولਿਆ ਵੀ ਨਹੀਂ ਵੀ ਖਸ ਖਸ ਇਹਨਾਂ ਵਾਲਾ ਸਮਝਣਾ ਵੀ ਉੱਡ ਗਿਆ ਅਗਲੇ ਦਿਨ ਮੈਨੂੰ ਕੰਮ ਪੈ ਗਿਆ ਓਰੇ ਫਿਰ ਟੇਟ ਥੋੜਾ ਹੋਰ ਵੱਧ ਨਿਕਲ ਗਿਆ ਫਿਰ ਮੈਂ ਇੱਕ ਜੀ ਸੋਚੀ ਮੈਂ ਇੱਕ ਜਗ੍ਹਾ ਤੇ ਲਿਖਿਆ ਪੜਿਆ ਵੀ ਬੰਦੇ 골ਟੇ ਡਲੇ ਵੀ ਸੋਹਣੇ ਨੇ ਤੁਸੀਂ ਕਾਮਯਾਬ ਹੋਣੇ ਚਾਹੀਦੇ ਹੋ ਤੁਸੀਂ ਗੰਜੇ ਵੀ ਬਹੁਤ ਸੋਹਣੇ ਲੱਗੋਗੇ ਇਹ ਸੱਚੀ ਗੱਲ ਐ ਤੁਸੀਂ ਦਾ ਰੌਕ ਦੇਖ ਲਓ ਜਾ ਜਿਹੜੇ ਆ ਫਾਸਟ ਐਂਡ ਫਿਊਰੀਜ਼ ਦੇਖ ਰਹੇ ਹੋ ਸਾਰੇ ਗੰਦੇ ਨੇ ਕਹਿਣ ਦਾ ਮਤਲਬ ਇਹ ਕਿ ਯੂ ਪੀਪਲ ਮਸਟ ਬੀ ਰਿਚ ਬੱਸ ਗੱਲ ਖਤਮ ਤੇ ਆਪਾਂ ਲੋਕ ਸੇਵਾ ਹਾਂਜੀ ਹਾਸ ਦਿਨੇ ਕਿਹੜੀ ਸੇਵਾ ਸਰ ਆਜੋ ਹੁਣ ਸਭ ਤੋਂ ਵਧੀਆ ਚੀਜ਼ ਕੀ ਹੈ ਟਾਪਿਕ ਨੇ ਨਿਚੇ ਦਿੱਤਾ ਹੋਇਆ ਗਿਵ ਅ ਸਮ ਰੀਜਨਸ ਵਾਈ ਦੇ ਲਿਵਡ ਲੌਂਗ ਲਾਈਫ ਆਪਾਂ ਦੋ ਕਾਰਨ ਦੱਸਣੇ ਨੇ ਵੀ ਪਿਛਲੇ ਟਾਈਮ ਦੇ ਲੋਕ ਨੇ ਜਿਹੜੇ ਉਹ ਲੰਬੀ ਉਮਰ ਕਿਉਂ ਜਿਉਂਦੇ ਸੀ ਕੀ ਕਾਰਨ ਸੀਗਾ ਹੁਣ ਦੇਖੋ ਜੇ ਉਰੇ ਕਿੰਨੇ ਬੱਚੇ ਬੈਠੇ ਨੇ ਆ ਤਾਂ ਗੱਲ ਸ਼ੋਰ ਹੈ ਨਾ ਜਿਵੇਂ ਪੁੱਛੂੰਗਾ ਦੇਸ਼ ਕਦੋਂ ਆਜ਼ਾਦ ਹੋਇਆ ਦੇਸ਼ ਕਦੋਂ ਤਾਂ ਕਿਹੜੀ ਡੇਟ ਹੈ ਕੀ 94 947 ਦੀ ਡੇਟ ਕਿਹੜੀ ਹੈ 15 न? ਅਗਸਤ 15 ਅਗਸਤ 1947 ਮਤਲਬ ਸਾਰਿਆਂ ਦਾ ਮੈਚ ਕਰਦੇ ਆ ਆਪਸ ਚੰਸਰ ਪਰ ਰਾਈਟਿੰਗ ਚ ਕਿਸੇ ਇੱਕ ਦਾ ਵੀ ਨਹੀਂ ਮੈਚ ਕਰਨਾ ਰਾਈਟਿੰਗ ਚ ਕਿਸੇ ਇੱਕ ਦਾ ਵੀ ਨਹੀਂ ਮੈਚ ਕਰਨਾ ਤੇ ਨਾ ਕਰੇ ਦੋ ਸਗੇ ਭੈਣ ਭਰਾ ਵੀ ਜੇ ਰਾਈਟਿੰਗ ਟਾਸਕ ਲਿਖਣਗੇ ਤਾਂ ਵੀ ਆਪੋ ਆਪਣੇ ਵੀਅੂ ਲਿਖ ਕੇ ਆਉਣਗੇ ਹੁਣ ਕੋਈ ਬੰਦਾ ਤਾਂ ਕਹੂਗਾ ਵੀ ਸਰ ਪਿਛਲੇ ਜਮਾਨੇ ਚ ਲੋਕ ਲੰਬੀ ਜ਼ਿੰਦਗੀ ਤਾਂ ਜਿਉਂਦੇ ਸੀ ਕਿਉਂਕਿ ਉਸ ਟਾਈਮ এনवायरमेंट ਬਹੁਤ ਵਧੀਆ ਸੀ ਕਿਸੇ ਬੱਚੇ ਨੇ ਲਿਖਤਾ ਇੱਕ ਪੈਰੇ ਚ ਉਸ ਦੇ ਨਾਲ ਵਾਲੇ ਬੱਚੇ ਨੇ ਲਿਖਤਾ ਨਹੀਂ ਸਰ ਉਸ ਟਾਈਮ ਜਿਹੜਾ ਫੂਡ ਸੀਗਾ ਜਿਹੜਾ ਖਾਣਾ ਸੀਗਾ ਉਹ ਬਹੁਤ ਫਰੈਸ਼ ਤੇ ਹੈਲਦੀ ਸੀਗਾ ਮਲਾਫਟਾ ਨਹੀਂ ਸੀਗੀਆਂ ਕੋਈ ਲਿਖੂਗਾ ਨਹੀਂ ਸਰ ਉਦੋਂ ਟੈਨਸ਼ਨਾਂ ਘੱਟ ਸੀ ਜ਼ਿੰਦਗੀ 'ਚ ਕੋਈ ਲਿਖੂਗਾ ਨਹੀਂ ਸਰ ਉਸ ਟਾਈਮ ਤੇ ਲੋਕ ਜਿਆਦਾ ਮੈਡੀਟੇਸ਼ਨ ਕਰਦੇ ਸੀ ਜ਼ਿੰਦਗੀ ਬਹੁਤ ਸਲੋ ਸੀ ਜ਼ਰ ਉਸ ਟਾਈਮ ਅਸਤਾ ਬਹੁਤ ਤੇਜ਼ ਹੋਈ ਪਈ ਐ ਗਲਤ ਮੇਰਾ ਇੱਕ ਵੀ ਸਟੂਡੈਂਟ ਨਹੀਂ ਤੇ ਗਲਤ ਜਿਹੜਾ YouTube ਤੇ ਦੇਖ ਰਿਆ ਨਾ ਜੇ ਤੁਹਾਡੇ ਮਨ ਚ ਵੀ ਕੋਈ ਵਿਊ ਆਊਗਾ ਨਾ ਤਾਂ ਤੁਸੀਂ ਵੀ ਨਹੀਂ ਮਤਲਬ ਰਾਈਟਿੰਗ ਟਾਸਕ ਦੇ ਵਿੱਚ ਗਲਤ ਨਾਮ ਦੀ ਚੀਜ਼ ਨਹੀਂ ਹੈਗੀ ਕੋਈ ਗੱਲ ਖਤਮ ਜਹੇ ਜਹ ਤੁਹਾਡਾ ਵਿਊ ਬਸ ਮੈਂ ਚ ਇਹ ਗੱਲ ਹੈ ਕਿ ਟਾਸਕ ਰਿਸਪੌਂਸ ਦੇ ਨਾਲ ਮੈਚ ਹੋਣਾ ਚਾਹੀਦਾ ਹੁਣ ਇਹ ਨਹੀਂ ਹੈਗਾ ਵੀ ਸਰ ਮੈਨੂੰ ਲੱਗਦਾ ਵੀ ਉਸ ਟਾਈਮ ਤੇ ਘਰ ਵਾਲਾ ਘਰ ਵਾਲੀ ਘਟ ਲੜਦੇ ਸੀ ਆਹੀ ਰੀਜ਼ਨ ਹੋ ਸਕਦਾ ਸਰ ਫਿਰ ਉਹ ਜਹੇ ਜਹ ਰੀਜ਼ਨ ਤੁਹਾਡਾ ਉਹ ਹੀ ਜੇ ਬੈਂਡ ਤੁਹਾਡੇ ਠੀਕ ਹੈ ਤਾਂ ਸਭ ਤੋਂ ਪਹਿਲੀ ਚੀਜ਼ ਪਲੈਨਿੰਗ ਕੀ ਹੈ ਡਾਇਰੈਕਟ ਕੁਐਸਚਨ ਦੀ ਰਾਈਟਿੰਗ ਟਾਸਕ 2 8 ਟਾਈਪ ਦਾ ਹੁੰਦਾ ਹੈ 8 ਜਿਵੇਂ ਅੱਜ ਤੁਹਾਨੂੰ ਡਾਇਰੈਕਟ ਕੁਐਸਚਨ ਆ ਗਿਆ ਨਾ ਕਦੇ ਤੁਹਾਨੂੰ ਅਗਰੀ ਡਿਸਐਗਰੀ ਵੀ ਆਊਗਾ ਕਦੇ ਤੁਹਾਨੂੰ ਪ੍ਰੋਬਲਮ ਸੋਲੂਸ਼ਨ ਵੀ ਆਊਗਾ ਕਦੇ ਤੁਹਾਨੂੰ ਐਡਵਾਂਟੇਜ ਡਿਸਐਡਵਾਂਟੇਜ ਵੀ ਆਊਗਾ ਤਰ੍ਹਾਂ ਤਰ੍ਹਾਂ ਦੇ ਟੌਪਿਕ ਆਉਣਗੇ ਪਰ ਯਾਦ ਰੱਖਿਓ ਇੱਕ ਗੱਲ ਦਿਮਾਗ 'ਚ ਰੱਖਿਓ ਕਿ ਇੱਕ ਟਾਈਪ ਸਿੱਖ ਲਓ ਉਹ ਸਾਰੀਆਂ ਟਾਈਪ ਸੇਮ ਨੇ ਮੈਂ ਉਹ ਟ੍ਰੇਨਰ ਨਹੀਂ ਹੈਗਾ ਕਿਸੇ ਬੱਚਰੇ ਤਿੰਨ ਮਹੀਨੇ ਲਵਾਉਣੇ ਹੁਣ ਤੇ ਆ ਗੱਲ ਕਹਿ ਕੇ ਪੈਕੇਜ ਬਹੁਤ ਸੋਣਾ ਮਿਲਦਾ ਉਹਦੇ ਬਾਜ਼ਾਰ 'ਚ ਤੁਹਾਨੂੰ ਪਤਾ ਹੀ ਗੱਲ ਦਾ ਕੋਈ ਦੱਸ ਸਕਦਾ ਕੀ ਕੀ ਗੱਲ ਕਰੀਏ ਮੈਂ ਪੈਕੇਜ ਬਹੁਤ ਸੋਣਾ ਮਿਲਦਾ ਹੈ ਮਤਲਬ ਹੈ ਮੇਰੀ ਸਭ ਤੋਂ ਵੱਡੀ ਆਦਤ ਹੈ ਕਿ ਕਿਸੇ ਬੱਚੇ ਦਾ ਟਾਈਮ ਕਿਉਂ ਖਰਾਬ ਕਰਨੇ ਪਤਾ ਕੀ ਹੋਗਾ ਵੀ ਤੁਸੀਂ 1 ਮਹੀਨੇ ਦੀ ਫੀਸ 8000 ਰੁਪਏ ਜਮਨ ਲਓ 9000 ਰੁਪਏ ਲਾ ਲਓ 2 ਮਹੀਨੇ ਦੀ 18000 ਦੀ ਸਤਾਈਓ ਕੀ ਤੁਸੀਂ 25 ਭਰ ਦੋ ਅਗਲੇ ਨੇ ਯੈਸ ਡਿਸਕਾਊਂਟ ਮੈਂ ਕਿਹਾ ਫਿਰ ਸਾਲ ਦੀ ਲੈ ਲੋ ਇਕੱਠਾ ਦੇ ਲੈਣੇ ਆ ਓਏ ਪਿੰਨ ਭਰਾਓ ਇੰਨੀ ਇੱਕ ਗੱਲ ਸੁਣ ਲੋ ਆਇਲਸ ਦੇ 2 ਮਹੀਨੇ ਤੋਂ ਤੇਰੀ ਖੇਡ ਨਹੀਂ ਹੈਗੀ ਕਿਸੇ ਬੰਦੇ ਨੇ ਜਿਮ ਦੇ ਬਾਹਰ ਲਿਖ ਕੇ ਲਾਇਆ ਹੋਇਆ 1 ਮਹੀਨੇ ਦੀ ਫੀਸ 2500 ਰੁਪਿਆ 1 ਮਹੀਨੇ ਦੀ ਫੀਸ 2500 ਰੁਪਿਆ ਤੇ 1 ਸਾਲ ਦੀ ਫੀਸ 40000 ਰੁਪਿਆ 1 ਮਹੀਨੇ ਦੀ ਫੀਸ 2500 ਰੁਪਇਆ ਤੇ 1 ਸਾਲ ਦੀ ਫੀਸ ਚਲੋ 40 ਘਟ ਜਿਆਦੇ ਆਪਾਂ ਲੋਨੇ 1 ਸਾਲ ਦੀ ਫੀਸ ਕਹਿੰਦਾ 15000 ਰੁਪਇਆ ਉਹਦਾ ਦੋਸਤ ਆਇਆ ਕਹਿੰਦਾ ਤੂੰ ਫੇਲ ਹੋਏਗਾ ਕਹਿੰਦਾ ਯਾਰ ਮੈਂ ਕਿਉਂ ਫੇਲ ਹੋਊਗਾ ਕਹਿੰਦਾ ਤੇਰਾ ਮੈਥ ਕਮਜ਼ੋਰ ਹੈ ਕਹਿੰਦਾ ਕਿਉਂ ਕਹਿੰਦਾ ਤੂੰ ਬਾਹਰ ਇੱਕ ਮਹੀਨੇ ਕਿੰਨੀ ਫੀਸ ਲਾਈ ਹੈ ਕਹਿੰਦਾ ਮੈਂ 2500 ਰੁਪਇਆ ਕਹਿੰਦਾ ਵੈਰੀ ਗੁੱਡ ਕਹਿੰਦਾ 1 ਸਾਲ ਦੀ ਫੀਸ ਕਿੰਨੀ ਲਿਖੀ ਹੈ ਕਹਿੰਦਾ 15000 ਰੁਪਇਆ ਉਹ ਕਹਿੰਦਾ ਮੂਰਖ ਪ੍ਰਾਣੀ ਤੈਨੂੰ ਗੁਣਾ ਨਹੀਂ ਕਰਨੀ ਆਉਂਦੀ ਕਹਿੰਦਾ ਕੀ ਹੋ ਗਿਆ ਕਹਿੰਦਾ ਤੂੰ 2500 ਨੂੰ 12 ਨਾਲ ਗੁਣਾ ਕਰ 25 ਦਾ ਇੱਕਰ ਦਾ 25000 ਬਣ ਗਿਆ ਤੇ 25000 ਬਣ ਗਿਆ ਕਹਿੰਦਾ ਤੂੰ ਫੀਸ ਲਿਖ ਕੇ 15000 ਤੂੰ ਤਾਂ ਅੱਧ ਲੈ ਰਹੇਗਾ ਤੂੰ ਤਾਂ ਫੇਲ ਹੋਏਗਾ ਉਹ ਕਹਿੰਦਾ ਮਣਿਆ ਮਾਨਸਾ ਮੈਂ ਫੇਲ ਨਹੀਂ ਹੁੰਦਾ ਕਹਿੰਦਾ ਕਿਉਂ ਕਹਿੰਦਾ ਦੇਖ ਬੰਦਾ 2500 ਰੁਪਏ ਫੀਸ ਭਰੂਗਾ ਉਹ ਇੱਕ ਮਹੀਨਾ ਲਾਊਗਾ ਮੈਂ ਉਹਨੂੰ 15000 ਰੁਪਏ ਦੇ ਵਿੱਚ ਇੱਕ ਸਾਲ ਦਾ ਕੋਰਸ ਦਿੱਤਾ ਕਹਿੰਦਾ ਫਿਰ ਤੂੰ ਪਾਗਲ ਐ ਉਹ ਕਹਿੰਦਾ ਤੂੰ ਇੱਕ ਗੱਲ ਦਾ ਜਵਾਬ ਦੇ ਅਗਲਾ 15000 ਰੁਪਏ ਲਾਲਚੇ ਚੇ ਭਰ ਦੰਦੇ ਨਾ ਲਾਲਚੇ ਚੇ ਭਰਤਨ ਉਹਨੇ ਵੀ ਸ਼ੈਸ ਕਿੰਨਾ ਵੱਡਾ ਡਿਸਕਾਊਂਟ ਕਹਿੰਦਾ ਤੂੰ ਐਂ ਦੱਸ ਇੱਕ ਸਾਲ ਜਿੰਮ ਆਉਂਦਾ ਕੌਣ ਹੈ ਇੱਕ ਸਾਲ ਕੌਣ ਆਉਂਦਾ ਹੈ ਇਹ ਸਚਾਈ ਹੈ ਕਹਿੰਦਾ ਕਈ ਇਹਦਾ ਦੇਖੋ ਜਿਨ੍ਹਾਂ ਦੀ ਡੈਡੀਕੇਸ਼ਨ ਹੁੰਦੀ ਹੈ ਉਹ ਤਾਂ ਲੱਗੇ ਹੋਏ ਨੇ ਪਰ 100 ਦੇ ਵਿੱਚੋਂ 90 ਬੰਦੇ 15 ਦਿਨ ਜਿੰਮ ਜਾ ਕੇ ਛੱਡ ਦੰਦੇ ਐ ਉਹ ਕਹਿੰਦਾ ਮੈਂ ਇੱਕ ਸਾਲ ਦੀ ਫੀਸ 15000 ਨਹੀਂ ਲਈ ਮੈਂ ਤਾਂ ਇੱਕ ਮਹੀਨੇ ਦੀ ਲੈ ਲਈ ਮੇਰੀ ਗੱਲ ਸਮਝੇ ਨਾ ਉਹ ਸਾਰਾ ਹੋਣਾ ਕਿਨੇ ਹੈ ਇਹ ਸਚਾਈ ਹੈ ਕਿਉਂਕਿ ਕਿਸੇ ਵੀ ਚੀਜ਼ ਨੂੰ ਕੰਟੀਨਿਊ ਚਲਾਉਣਾ ਉਹ ਬਹੁਤ ਔਖਾ ਹੈ ਤੇ ਲੋਕ ਨਾ ਲਾਲਚ ਚ ਬਹੁਤ ਛੇਤੀ ਪੈਂਦੇ ਨੇ ਡਿਸਕਾਊਂਟ ਨਾਮ ਤੋਂ ਤਾਂ ਬਹੁਤ ਛੇਤੀ ਆਜੋ 8 ਟਾਈਪ ਦੇ ਵਿੱਚੋਂ ਸ਼ੁਰੂ ਕਿਵੇਂ ਕਰਾਂਗੇ ਆਪਾਂ ਇੰਟਰੋਡਕਸ਼ਨ ਤੇ ਇੱਕ ਗੱਲ ਯਾਦ ਰੱਖਿਓ ਰਾਈਟਿੰਗ ਦੀ ਸਭ ਤੋਂ ਪਹਿਲੀ ਪੌੜੀ ਇੰਟਰੋਡਕਸ਼ਨ ਹੈ ਟਾਈਪ ਜਿਹੜੀ ਮਰਜ਼ੀ ਹੋਵੇ ਇੰਟਰੋਡਕਸ਼ਨ ਤੋਂ ਬਿਨਾ ਕੁਝ ਨਹੀਂ ਬਣਦਾ ਤੇ ਆ ਗੱਲ ਮੰਨਦੇ ਹਾਂ ਫਸਟ ਇਮਪ੍ਰੈਸ਼ਨ ਇਜ਼ ਆ ਲਾਸਟ ਇਮਪ੍ਰੈਸ਼ਨ ਐਗਜ਼ਾਮੀਨਰ ਜਦੋਂ ਤੁਹਾਡੀ ਇੰਟਰੋ ਪੜ੍ਹੂਗਾ ਉਹਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕਿੰਨੇ ਕੁ ਪਾਣੀ 'ਚੋਂ ਇੰਟਰੋਡਕਸ਼ਨ ਦੋ ਤਰੀਕਿਆਂ ਨਾਲ ਬਣਾਉਣੀ ਹੈ ਨੰਬਰ 1 ਰੀਫਰੇਜ਼ ਪਲੱਸ ਥੀਸਿਸ ਰੀਫਰੇਜ਼ ਪਲੱਸ ਥੀਸਿਸ ਲਾਈਨ ਜਿਹੜਾ ਆ ਕੁਐਸਚਨ ਹੈ ਜਿਹੜੀ ਆਪਾਂ ਨੂੰ ਆ ਦਿੱਤੀ ਹੈ ਨੇ ਪੀਪਲ ਇਨ ਦਾ ਪਾਸਟ ਲਿਵਡ ਅ ਲੌਂਗ ਐਂਡ ਹੈਲਥੀ ਲਾਈਫ ਉਰੇ ਤੱਕ ਇਸ ਚੀਜ਼ ਨੂੰ ਸਨਾਨੀਮ ਚ ਬਣਾ ਕੇ ਲਿਖਣਾ ਹੁਣ ਤੁਹਾਡੇ ਚ ਬਹੁਤ ਬੱਚੇ ਪੀਪਲ ਦਾ ਇੰਡੀਵਿਜੂਅਲ ਹੈਨਾ ਪਾਸਟ ਦਾ ਪ੍ਰੀਵੀਅਸ ਟਾਈਮ ਹੁਣ ਬਹੁਤਿਆਂ ਨੂੰ ਬਹੁਤ ਵੋਕੈਬਲਰੀ ਆਉਂਦੀ ਹੈ ਤੇ ਬਹੁਤਿਆਂ ਨੂੰ ਨਹੀਂ ਵੀ ਆਉਂਦੀ ਪਰ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਬੈਂਡ ਸਕੋਰ ਲੈ ਕੇ ਆਉਣੇ ਨੇ ਤੁਹਾਨੂੰ ਇਹ ਆਉਣਾ ਪਊਗਾ ਕਿ ਇਹਦਾ ਮੈਂ ਰੀਫਰੇਸ਼ ਕਰਨਿਆ ਕੁਐਸਚਨ ਦਾ ਤੇ ਜਿਹੜਾ ਨੀਚੇ ਵਾਲਾ ਕੁਐਸਚਨ ਹੈ ਇਹਦੀ ਮੈਂ ਬਣਾਉਣੀ ਹੈ ਥੀਸਿਸ ਤੁਹਾਨੂੰ ਮੈਂ ਦਿਖਾਉਣਾ ਕਿਵੇਂ ਮੈਂ ਕਿਵੇਂ ਬਣਾਈ ਮੈਂ ਲਿਖਿਆ देयर इज नो ਡਾਊਟ ਸ਼ੁਰੂ ਕਰ ਲਿਆ ਇਸ ਗੱਲ ਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਪੀਪਲ ਇਨ ਦਾ ਪਾਸਟ ਲਿਵਡ ਅ ਲੌਂਗਰ ਐਂਡ ਮੋਰ ਇੰਪੋਰਟੈਂਟਲੀ ਅ ਹੈਲਥੀਅਰ ਲਾਈਫ ਤੁਸੀਂ ਇਹ ਦੇਖੋ ਕਿ ਗੱਲ ਮੈਂ ਉਹੀ ਕਹੀ ਹੈ ਉੱਪਰ ਲਿਓ ਵੀ ਪੀਪਲ ਇਨ ਦਾ ਪਾਸਟ ਲਿਵਡ ਅ ਲੌਂਗ ਐਂਡ ਹੈਲਥੀਅਰ ਲਾਈਫ ਹੈਲਥੀ ਲਾਈਫ ਮੈਂ ਹੈਲਥੀ ਦਾ ਕੀ ਬਣਾ ਲਿਆ ਹੈਲਥੀਅਰ ਇੰਪੋਰਟੈਂਟਲੀ ਵਰਡ ਵਿੱਚ ਮਿਕਸ ਕਰ ਲਿਆ ਸ਼ੁਰੂ ਮੈਂ ਉਰੋਂ ਵੀ ਕਰ ਸਕਦਾ ਸੀ ਵੀ ਪੀਪਲ ਤੋਂ ਆਹ ਲਾਈਨ ਨੇ ਇੱਕ ਜਿਵੇਂ ਚਾਹ ਚ ਆਪਾਂ ਲੌਂਗ ਲਿਚੀ ਪਾਉਨੇ ਆ ਐਗਜ਼ਾਮੀਨਰ ਦੀ ਨਿਗਾ ਚ ਟੇਸਟ ਬਣਾਤਾ ਕਿ ਬੰਦੇ ਨੂੰ ਪਤਾ ਹੈਗਾ ਆ ਚੀ ਲਿਖਣ ਦਾ ਵੀ ਇਸ ਚੀਜ਼ ਨੂੰ ਕੋਈ ਵੀ ਮਨਾ ਨਹੀਂ ਕਰ ਸਕਦਾ ਇਸ ਵਿੱਚ ਕੋਈ ਵੀ ਡਾਊਟ ਨਹੀਂ ਹੈਗਾ ਵੀ ਜਿਹੜੇ ਲੋਕ ਪਹਿਲਾਂ ਜਾਉਂਦੇ ਸੀ ਉਹ ਨੰਬੀ ਹੁਣ ਜੇ ਪੀਪਲ ਦਾ ਤੁਸੀਂ ਇੰਡੀਵਿਜੂਅਲ ਪਾ ਸਕਦੇ ਹੋ ਰੇ ਚੇਂਜ ਕਰ ਸਕਦੇ ਹੋ ਠੀਕ ਹੈ ਮੈਂ ਨਹੀਂ ਕੀਤਾ ਤੁਸੀਂ ਕਰ ਸਕਦੇ ਹੋ ਇੰਪੋਰਟੈਂਟਲੀ ਦਾ ਤੁਸੀਂ ਸਿਗਨੀਫੀਕੈਂਟਲੀ ਵੀ ਲਿਖ ਸਕਦੇ ਹੋ ਠੀਕ ਹੈ ਰਹੀ ਗੱਲ ਇਸ ਤੋਂ ਬਾਅਦ ਆਪਣੀ ਹੋ ਗਈ ਥੀਸਿਸ ਲਾਈਨ ਥੀਸਿਸ ਦਾ ਮਤਲਬ ਹੁੰਦਾ ਕਿ ਐਗਜ਼ਾਮੀਨਰ ਤੁਹਾਡੇ ਏਸੇ ਦੀ ਲਾਈਨ ਨੂੰ ਪੜ੍ਹ ਕੇ ਸਮਝ ਜੇ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿਸੇ ਬੰਦੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਜੇ ਤੁਸੀਂ ਕਿਸੇ ਨੂੰ ਲੈਟਰ ਲਿਖਦੇ ਹੋ ਨਾ ਲੈਟਰ ਡੀਸੀ ਨੂੰ ਐਸਐਸਪੀ ਨੂੰ ਐਸਐਚਓ ਨੂੰ ਉਹ ਤਾਂ ਆਪੇ ਕਿ ਸਬਜੈਕਟ ਦਾ ਪੁਆਇੰਟ ਹੁੰਦਾ ਹੈ ਸਬਜੈਕਟ ਸਬਜੈਕਟ ਦਾ ਮਤਲਬ ਹੋਣੀ ਵੀ ਧੋਖਾ ਧੜੀ ਸੰਬੰਧੀ ਪੈਸੇ ਲੁੱਟੇ ਆ ਜਾਂ ਕੁਝ ਵੀ ਹੈ ਤਾਂ ਉਹਨੂੰ ਇੱਕ ਲਾਈਨ ਤੋਂ ਪਤਾ ਲੱਗ ਜਾਵੇ ਵੀ ਲੈਟਰ ਕਿਸ ਚੀਜ਼ ਦਾ ਹੈ ਤਾਂ ਉਹਨੂੰ ਇਸ ਤੋਂ ਬਾਅਦ ਆ ਪਤਾ ਲੱਗ ਜਾਉ ਤੇ ਇਹ ਲਿਖਣ ਦਾ ਕਾਰਨ ਪਤਾ ਕੀ ਹੁੰਦਾ ਹੈ ਜਿਹੜਾ ਐਗਜ਼ਾਮੀਨਰ ਚੈੱਕ ਕਰਦਾ ਹੈ ਨਾ ਉਹਦੇ ਕੋਲੇ ਕੁਐਸਚਨ ਪੇਪਰ ਨਹੀਂ ਹੁੰਦਾ ਐਗਜ਼ਾਮੀਨਰ ਲਈ ਕੁਐਸਚਨ ਪੇਪਰ ਨਹੀਂ ਹੁੰਦਾ ਉਹ ਤੁਹਾਡੀ ਰੀਫਰੇਂਸ ਤੋਂ ਸਟੇਟਮੈਂਟ ਸਮਝਦਾ ਹੈ ਵੀ ਅੱਛਾ ਆ ਗੱਲ ਕਰੀ ਹੋਈ ਹੈ ਤੇ ਥੀਸਿਸ ਤੋਂ ਸਮਝਦਾ ਕਿ ਤੁਸੀਂ ਐਸੇ ਦੇ ਅੰਦਰ ਕੀ ਕੀ ਲਿਖੋਗੇ ਜਿਵੇਂ ਮੈਂ ਲਿਖਿਆ ਦਿਸ ਐਸੇ ਵਿਲ ਅਟੈਂਪਟ ਟੂ ਐਨਲਾਈਜ਼ ਦਾ ਰੀਜਨਸ ਜਿਹੜਾ ਇਹ ਐਸੇ ਹੈ ਨਾ ਜਿਹੜਾ ਮੈਂ ਐਸੇ ਲਿਖਣ ਲੱਗਿਆ ਇਹ ਕੀ ਕਰੂਗਾ ਐਨਲਾਈਜ਼ ਕਰੂਗਾ ਐਨਲਾਈਜ਼ ਕਰਨਾ ਹੁੰਦਾ ਕਿਸੇ ਚੀਜ਼ ਦੀ ਜਾਂਚ ਪੜਤਾਲ ਕਰਨੀ ਪੂਰੀ ਇਹਦੇ ਰੀਜਨ ਲੱਭੂਗਾ ਦੇਅਰ ਲੌਂਗਰ ਲਾਈਫ ਵੀ ਉਹ ਕਿਉਂ ਜ਼ਿੰਦਗੀ ਜਿਉਂਦੇ ਸੀ ਉਸ ਤੋਂ ਬਾਅਦ ਮੈਨੇ ਨੀਚੇ ਪਤਾ ਕੀ ਲਿਖਿਆ ਸੱਚ ਐਜ਼ ਜਿਵੇਂ ਕਿ ਸੱਚ ਐਜ਼ ਲਿਖਣ ਤੋਂ ਬਾਅਦ ਮੈਂ ਲਿਖਿਆ ਨੰਬਰ 1 ਤੇ ਐਜ਼ ਅ ਲਾਈਫ ਸਟਾਈਲ ਸਭ ਤੋਂ ਪਹਿਲੀ ਚੀਜ਼ ਕੀ ਹੈ ਉਹਨਾਂ ਲੋਕਾਂ ਦਾ ਲਾਈਫ ਸਟਾਈਲ ਸੀ ਨਾ ਜਿਹੜਾ ਉਹ ਬਹੁਤ ਵਧੀਆ ਸੀਗਾ ਐਂਡ ਈਟਿੰਗ ਹੈਬਿਟਸ ਤੇ ਜਿਹੜੀਆਂ ਉਹਨਾਂ ਦੀਆਂ ਈਟਿੰਗ ਦੀਆਂ ਹੈਬਿਟਸ ਸੀ ਨਾ ਉਹ ਬਹੁਤ ਵਧੀਆ ਸੀ ਮੈਨੇ ਦੋ ਕਾਰਨ ਦਿੱਤੇ ਨੇ ਥੀਸਿਸ ਦੇ ਵਿੱਚੇ ਦੱਸਤੇ ਕਿ ਭਰਾਵਾ ਪਹਿਲਾਂ ਜਿਹੜੇ ਲੋਕ ਲੰਬੀ ਜ਼ਿੰਦਗੀ ਜਿਉਂਦੇ ਸੀਗੇ ਨੰਬਰ 1 ਤੇ ਕੀ ਕਾਰਨ ਸੀਗਾ ਉਹਨਾਂ ਦਾ ਲਾਈਫ ਸਟਾਈਲ ਬਹੁਤ ਸੋਹਣਾ ਸੀਗਾ ਇਹ ਮੈਂ ਬੋਡੀ ਪੈਰਾਗ੍ਰਾਫ 1 ਚ ਲਿਖੂੰਗਾ ਉਹਨਾਂ ਦੀ ਈਟਿੰਗ ਹੈਬਿਟ ਸੀ ਜਿਹੜੀਆਂ ਉਹ ਬਹੁਤ ਵਧੀਆ ਸੀ ਇਹ ਮੈਂ ਬੀਪੀ 2 ਚ ਲਿਖੂੰਗਾ ਹੁਣ ਇੱਕ ਗੱਲ ਹੋਰ ਸੁਣ ਲੋ ਜੇ ਕਿਸੇ ਬੱਚੇ ਨੂੰ ਡਰ ਲੱਗਦਾ ਨਾ ਵੀ ਸਰ ਮੇਥੋਂ ਥੀਸਿਸ ਇੰਨੀ ਔਖੀ ਨਹੀਂ ਬਣਦੀ ਤੁਸੀਂ ਕੁਝ ਨਹੀਂ ਕਰਨਾ ਜੇ ਜਵੇਂ ਸੌਖੀ ਜੀ ਗੱਲ ਆ ਆਪਦੀ ਮਰਜ਼ੀ ਨਾਲ ਥੀਸਿਸ ਬਣਾ ਸਕਦੇ ਹੋ ਜਿਵੇਂ ਕਿ ਆ ਦੇਖੋ ਜੇ ਥੀਸਿਸ ਤੇ ਨਾ ਗਰਾਰੀ ਅੜਗੀ ਵੀ ਬਣ ਨਹੀਂ ਰਹੀ ਕਿਸੇ ਵੀ ਐਸਏ ਦੀ ਥੀਸਿਸ ਨਾ ਬਣਦੀ ਹੋਵੇ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਨੋਰਮਲ ਪਤੇ ਕੀ ਲਿਖਣਾ ਹੈਗਾ ਇਨ ਅਪਕਮਿੰਗ ਪੈਰਾਗ੍ਰਫ ਆਈ ਵਿਲ ਡਿਸਕ੍ਰਾਈਬ ਇਨ ਅਪਕਮਿੰਗ ਪੈਰਾਗ੍ਰਫ ਹੁਣ ਬਹੁਤ ਬੱਚਿਆਂ ਨੂੰ ਲੱਗਦਾ ਹੋਣਾ ਕਿ ਆਈ ਐ ਜਿਹੜਾ ਲਿਖਦੇ ਨੇ ਹੁੰਦੇ ਥੀਸਿਸ ਚ ਆਪਾਂ ਲਿਖ ਸਕਦੇ ਆ ਠੀਕ ਹੈ ਆਈ ਵਿਲ ਡਿਸਕ੍ਰਾਈਬ ਦਾ ਹੁਣ ਆਪਾਂ ਨੇ ਰੀਜਨਸ ਦੱਸਣੇ ਨੇ ਨਾ ਵੀ ਉਹ ਕਿਉਂ ਜਿੰਦੇ ਸੀ ਤਾਂ ਆਪਾਂ ਰੀਜਨਸ ਪਾਤਾ ਜਾਂ ਇਨ ਅਪਕਮਿੰਗ ਪੈਰਾਗ੍ਰਾਫ ਆਈ ਵਿਲ ਡਿਸਕ੍ਰਾਈਬ ਦਾ ਐਡਵਾਂਟੇਜਸ ਇਨ ਅਪਕਮਿੰਗ ਪੈਰਾਗ੍ਰਾਫ ਆਈ ਵਿਲ ਡਿਸਕ੍ਰਾਈਬ ਦਾ ਪ੍ਰੋਬਲਮ ਐਂਡ ਸੋਲੂਸ਼ਨ ਇਨ ਅਪਕਮਿੰਗ ਪੈਰਾਗ੍ਰਾਫ ਆਈ ਵਿਲ ਡਿਸਕ੍ਰਾਈਬ ਦਾ ਐਗਰੀਮੈਂਟ ਜੇ ਡੀਬੀ ਚੀਜ਼ ਦਾ ਐਸੇ ਹੋਇਆ ਉਹਦੇ ਹਿਸਾਬ ਨਾਲ ਤੁਸੀਂ ਮੋਲਡ ਹੋ ਜਾਓਗੇ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਮੈਂ ਰੀਜ਼ਨ ਦੇਊਗਾ ਹੁਣ ਇਸ ਵਾਰ ਨਾ ਸੱਚ ਐਜ਼ ਮੈਂ ਇਹ ਤਾਂ ਲਿਖੇ ਸੱਚ ਐਜ਼ ਕੋਈ ਵੀ ਦੋ ਰੀਜ਼ਨ ਜੇ ਤੁਸੀਂ ਆ ਸੱਚ ਐਜ਼ ਨਾ ਪਾਉਗੇ ਜੇ ਤੁਸੀਂ ਨਾ ਉਰੇ ਤੱਕ ਦੀ ਥੀਸਿਸ ਬਣਾਤੀ ਨਾ ਐਗਜ਼ਾਮੀਨਰ ਗਲਤ ਨਹੀਂ ਕਰਦਾ ਗਲਤ ਨਹੀਂ ਕਰਦਾ ਫਿਰ ਤੁਹਾਨੂੰ ਉਸ ਤਰੀਕੇ ਦੇ ਬੈਂਡ ਦੇਊਗਾ ਜਿੰਨਾ ਤੁਸੀਂ ਲਿਖੇ ਜੇ ਕੋਈ ਬੰਦਾ ਕਹਿੰਦਾ ਕਿ ਮੈਂ ਨਾ 7.5 ਤੋਂ ਵੀ ਟੱਪਣਾ ਮੈਨੇ ਉੱਚੀ ਰੀਚ ਕਰਨੀ ਹੈ ਤਾਂ ਥੀਸਿਸ ਦੇ ਵਿੱਚ ਆਪਣੇ ਦੋਨੇ ਪੁਆਇੰਟ ਦੱਸ ਦੇ ਕਿ ਸਰ ਮੈਂ ਆ ਦੋ ਗੱਲਾਂ ਕਰੂੰਗਾ ਮੇਰੀ ਬਾਡੀ 1 ਦੀ ਆ ਗੱਲ ਹੈ ਬਾਡੀ 2 ਦੀ ਮੇਰੀ ਆ ਗੱਲ ਹੈ ਜਿਵੇਂ ਕਿ ਮੈਂ ਕਿਹਾ ਰੀਜ਼ਨ ਸੱਚ ਐਜ਼ ਮੈਂ ਲਿਖਿਆ ਜੀਗਾ ਪਹਿਲਾ ਕੀ ਪੁਆਇੰਟ ਸੀ ਆਪਣਾ ਸੱਚ ਐਜ਼ ਲਾਈਫ ਸਟਾਈਲ ਐਂਡ ਈਟਿੰਗ ਹੈਬਿਟਸ ਹੁਣ ਆ ਜਿਹੜੇ ਮੈਂ ਦੋ ਲਿਖੇ ਨੇ ਨਾ نیچے ਤੁਸੀਂ ਇਹਨਾਂ ਨਾਲ ਆਪਣੀ ਮਰਜ਼ੀ ਦੇ ਵੀ ਕੋਈ ਜਿਹੜੇ ਤੁਸੀਂ 2 ਪੁਆਇੰਟ ਲਿਖਣੇ ਨੇ ਉਹ ਵੀ ਲਿਖ ਸਕਦੇ ਹੋ ਇਹ ਨਹੀਂ ਹੈਗਾ ਵੀ ਰਮਨ ਨੇ ਲਿਖਣੇ ਤਾਂ ਇਹੀ ਲਿਖਣੇ ਪੈਣਗੇ ਤੁਸੀਂ ਆਪਣੀ ਮਰਜ਼ੀ ਨਾਲ ਲਿਖੋ ਇੰਟਰੋਡਕਸ਼ਨ ਦਾ ਹਾਫ ਬੈਂਡ ਮਿਲਦਾ ਹੁੰਦਾ ਹੈ ਅੱਧਾ ਬੈਂਡ ਰੀਫਰੇਜ਼ ਪਲੱਸ ਥੀਸਿਸ ਰੀਫਰੇਸ਼ ਕੀ ਕਰਿਆ ਸਨਨ ਨੇ ਮਨ ਨਾਲ ਲਿਖਿਆ ਚੇਂਜ ਕਰਕੇ ਥੀਸਿਸ ਕੀ ਲਿਖਿਆ ਮੈਂ ਡਿਸਕ੍ਰਾਈਬ ਕਰੂੰਗਾ ਰੀਜ਼ਨ ਸੱਚ ਐਜ਼ ਜਿਹੜੇ ਦੋ ਰੀਜ਼ਨ ਨੇ ਆਪਾਂ ਦੋਨੇ ਦੱਸਦੇ ਇੱਕ ਤਾਂ ਭਾਈ ਲਾਈਫ ਸਟਾਈਲ ਹੈ ਤੇ ਦੂਜਾ ਈਟਿੰਗ ਹੈਬਿਟ ਹੈ ਹੁਣ ਬਾਡੀ ਪੈਰਾਗ੍ਰਾਫ 1 ਤੇ ਬਾਡੀ ਪੈਰਾਗ੍ਰਾਫ 2 ਇਹ ਹੁੰਦੇ ਨੇ 2.5 ਬੈਂਡ ਦੇ 2.5 ਬੈਂਡ ਦਾ ਇੱਕ ਪੈਰਾਗ੍ਰਾਫ ਹੁੰਦਾ ਹੈ ਜੇ ਬਾਡੀ ਪੈਰਾਗ੍ਰਾਫ ਲਿਖਣਾ ਹੈ ਬਾਡੀ ਬਾਡੀ ਪੈਰਾਗ੍ਰਾਫ ਨੂੰ ਲਿਖਣ ਦੇ ਲਈ ਤੁਹਾਨੂੰ ਚਾਹੀਦੀਆਂ ਨੇ ਚਾਰ ਗੱਲਾਂ 1 2 3 4 ਇਹ ਚਾਰ ਗੱਲਾਂ ਚਾਹੀਦੀਆਂ ਨੇ ਤੁਹਾਨੂੰ ਜੇ ਤੁਸੀਂ ਬਾਡੀ ਪੈਰਾਗ੍ਰਾਫ ਬਣਾਉਣੇ ਟਾਈ ਚੋਟਾਈ ਬੈਂਡ ਲੈਣ ਨੇ ਇੱਕ ਬਾਡੀ ਚੋਂ ਕਿਹੜੀਆਂ ਕਿਹੜੀਆਂ ਸਭ ਤੋਂ ਪਹਿਲਾਂ ਲਿਖਣਾ ਹੈ ਮੇਨ ਪੁਆਇੰਟ ਜਿਹਨੂੰ ਟਾਸਕ ਸਟੇਟਮੈਂਟ ਕਹਿੰਦੇ ਨੇ ਇਹਨੂੰ ਮੈਂ ਮੇਨ ਪੁਆਇੰਟ ਵੀ ਕਹਿਣ ਲੱਗਿਆ ਐਵੇਂ ਆਪੇ ਕੇ ਮੇਨ ਪੁਆਇੰਟ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਥੀਸਿਸ ਦੇ ਵਿੱਚ ਮੇਨ ਪੁਆਇੰਟ ਦੱਸ ਕੇ ਆਇਆ ਨਾ ਲਾਈਫ ਸਟਾਈਲ ਉਹ ਮੇਨ ਪੁਆਇੰਟ ਹੈ ਆਪਾਂ ਥੀਸਿਸ ਦੇ ਵਿੱਚ ਦੱਸ ਕੇ ਆਇਆ ਨਾ ਈਟਿੰਗ ਹੈਬਿਟਸ ਉਹ ਵੀ ਮੇਨ ਪੁਆਇੰਟ ਹੈ ਸਭ ਤੋਂ ਪਹਿਲਾਂ ਕੋਈ ਵੀ ਮੇਨ ਪੁਆਇੰਟ ਦੇਣਾ ਵੀ ਜਿਹੜੇ ਦੀ ਆਪਣੀ ਗੱਲ ਕਰਨੀ ਹੈ ਪਰ ਇਹ ਬੈਂਤੀ ਹੈ ਕਿ ਤੁਸੀਂ ਥੀਸਿਸ ਦੇ ਵਿੱਚ ਹੋਰ ਪੁਆਇੰਟ ਦੇ ਦੋ ਇਹਦੇ ਅੰਦਰ ਕੋਈ ਹੋਰ ਪੁਆਇੰਟ ਦੇ ਦੋ ਗਲਤ ਹੋ ਜਾਊਗਾ ਜੋ ਥੀਸਿਸ ਦੇ ਵਿੱਚ ਜਾਂ ਤਾਂ ਥੀਸਿਸ ਚ ਦੱਸੋ ਨਾ ਜੇ ਨਹੀਂ ਦੱਸੋਗੇ ਤਾਂ ਘਰੇ ਆ ਕੇ ਇਹ ਆਸਰ ਕਿ ਉਹ ਵੀ ਸਾਡੇ ਕਿ 6 ਬੈਂਡ ਦੀ ਰੀਡਿੰਗ ਆ ਰਾਈਟਿੰਗ ਕਰਕੇ ਆਇਆ ਜੇ ਤੁਸੀਂ ਉਹ ਦੱਸਤਾ ਤਾਂ ਇਹ ਯਾਦ ਰੱਖਿਓ ਵੀ ਘੱਟੋ ਘੱਟ 7.5 ਦੀ ਕਰਕੇ ਆਇਆ ਜੇ ਤੁਸੀਂ ਆਪਣੀ ਰਾਈਟਿੰਗ ਦੇ ਵਿੱਚ ਐਕਟਿਵ ਤੋਂ ਲੈ ਕੇ ਪੈਸਿਵ ਦੀਆਂ ਤਿੰਨ ਚਾਰ ਲਾਈਨਾਂ ਐਡ ਕਰਤੀਆਂ ਤਾਂ ਅੱਦਾ ਬੈਂਡ ਹੋਰ ਪਲੱਸ ਕਰ ਲਈਓ ਆਹ ਚੀਜ਼ ਨਾਲ ਰਾਈਟਿੰਗ ਦੇ ਬੈਂਡ ਆਉਂਦੇ ਨੇ ਆਹੀ ਤਾਂ ਪ੍ਰੋਬਲਮ ਹੈ ਆਪਾਂ ਕੀ ਕਰਦੇ ਆ ਸੈਂਪਲ ਆਂਸਰਾਂ ਤੋਂ ਪੜ੍ਹ ਹੀ ਜਾਂਦੇ ਆ ਜੇ ਕੋਈ ਬੰਦਾ ਇਹਨਾਂ ਖੁੱਭ ਕੇ ਪੜ੍ਹਾਊਗਾ ਨਾ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਪੜਾਉਣਾ ਕੀ ਨੂੰ ਕਹਿੰਦੇ ਆ ਅਗਲੀ ਗੱਲ ਉਸ ਚੀਜ਼ ਨੂੰ ਕੀ ਕਰਾਂਗੇ ਆਪਾਂ ਐਕਸਪਲੇਨ ਮੰਨ ਲਓ ਮੇਰਾ ਮੇਨ ਪੁਆਇੰਟ ਇਹ ਆ ਕਿ ਬਈ ਲੋਕ ਲਾਈਫ ਸਟਾਈਲ ਪਹਿਲਾਂ ਵਧੀਆ ਜਿਉਂਦੇ ਸੀ ਫਿਰ ਮੈਨੇ ਦੂਜੇ ਨੰਬਰ ਤੇ ਜਿਹੜੀ ਚੀਜ਼ ਨੂੰ ਦੱਸਣਾ ਹੈਗਾ ਉਹ ਦੱਸੋ ਮੈਂ ਐਕਸਪਲੇਨ ਕਰੂੰਗਾ ਨਾ ਵੀ ਕਿਵੇਂ ਜਿਉਂਦੇ ਸੀ ਰੀਜ਼ਨ ਵੀ ਦੱਸੂੰਗਾ ਵੀ ਔਰ ਲਾਈਫ ਐ ਕੈਨ ਨਾਲ ਥੋੜੀ ਕੁਛ ਬਣਦੇ ਵੀ ਲਾਈਫ ਸਟਾਈਲ ਵਧੀਆ ਸੀ ਦੱਸਾਂਗੇ ਤਾਂ ਹੈ ਕਿ ਨਾ ਵੀ ਕਿਵੇਂ ਵਧੀਆ ਸੀ ਤੀਜੇ ਨੰਬਰ ਤੇ ਉਹਦੇ ਨਾਲ ਜੁੜਦੀ ਕੋਈ ਐਗਜ਼ਾਮਪਲ ਇਹ ਵੀ ਦੱਸੂੰਗਾ ਕਿ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਹੈ ਸਾਰਾ ਐਗਜ਼ਾਮਪਲ ਦੀ ਬਣਾਉਣੀ ਆਉਂਦੀ ਇਹ ਵੀ ਸਿਖਾਊਗਾ ਤੇ ਚੌਥੇ ਨੰਬਰ ਤੇ ਇਹਦਾ ਰਿਜ਼ਲਟ ਕੀ ਨਿਕਲਦਾ ਹੈ ਜੇ ਤੁਸੀਂ ਇਹ ਚਾਰ ਦੀਆਂ ਚਾਰ ਚੀਜ਼ਾਂ ਪੂਰੀਆਂ ਕਰਤੀਆਂ ਥੋੜੇ ਬੈਂਡ ਨਹੀਂ ਮਰਦੇ ਤੁਹਾਡਾ ਰਾਈਟਿੰਗ ਦੁਬਾਰਾ ਦੇਣ ਦੀ ਕਦੇ ਹੋ ਗਿਆ ਤਾਂ ਮੈਂ ਜ਼ਿੰਮੇਵਾਰ ਬੈਠਾ ਕਿਸੇ ਦਾ ਅੱਧਾ ਬੈਂਡ ਵੀ ਨਹੀਂ ਘਟਦਾ ਮੈਂ ਬੈਠਾ ਜ਼ਿੰਮੇਵਾਰ ਸੁਖੋ ਮੇਨ ਪੁਆਇੰਟ ਨੂੰ ਦੇਣ ਦਾ ਇੱਕ ਅਲੱਗ ਕਨੈਕਟਰ ਹੋਊਗਾ ਐਕਸਪਲੇਨ ਨੂੰ ਕਰਨ ਦਾ ਅਲੱਗ ਕਨੈਕਟਰ ਹੋਊਗਾ ਐਗਜ਼ਾਮਪਲ ਦਾ ਅਲੱਗ ਹੋਊਗਾ ਤੇ ਇਹਦਾ ਰਿਜ਼ਲਟ ਦਾ ਅਲੱਗ ਹੋਊਗਾ ਜਿਹੜੇ ਜਿਹੜੇ ਕਨੈਕਟਰ ਤੁਸੀਂ ਬਾਡੀ ਪੈਰਾਗ੍ਰਾਫ 1 ਚ ਲਿਖਤੇ ਬਾਡੀ 2 ਦੇ ਵਿੱਚ ਉਹ ਸੇਮ ਨਹੀਂ ਹੋਣੇ ਚਾਹੀਦੇ ਜੇ ਸੇਮ ਹੋ ਗਏ ਨਾਲ ਦੀ ਨਾਲ ਤੁਹਾਡੇ ਪੁਆਇੰਟ ਘਟਦੇ ਜਾਣਗੇ ਤੁਹਾਨੂੰ ਇਹ ਵੀ ਸਿਖਾਉਂਗਾ ਕਿ ਬਾਡੀ 1 ਚ ਕਿਹੜੇ ਕਨੈਕਟਰ ਵਰਤੋ ਬਾਡੀ 2 ਚ ਕਿਹੜੇ ਕਨੈਕਟਰ ਵਰਤੋ ਸਭ ਕੁਝ ਠੀਕ ਹੈ ਨਾ ਤੁਹਾਨੂੰ ਪਤਾ ਹੈ ਜ਼ਿੰਦਗੀ ਨਾ ਜਿਹੜੀ ਆਪਣੀ ਕਲਾਸ ਹੈ ਇਹ ਡਰਾਈਵਰ ਤੇ ਕੰਡਕਟਰ ਵਰਗੀ ਹੈ ਜੇ ਚਲਦੀ ਬੱਸ ਤੇ ਕੰਡਕਟਰ ਸੌਂ ਜੇ ਨਾ ਕਿਸੇ ਦੀ ਟਿਕਟ ਨਹੀਂ ਕੱਟਦੀ ਹੈ ਜੇ ਡਰਾਈਵਰ ਸੌਂਦੇ ਹੈ ਫਿਰ ਸਾਰਿਆਂ ਦੀ ਘੱਟ ਜੂਗੀ ਠੀਕ ਹੈ ਆਜੋ ਆਪਾਂ ਹੁੰਨੇ ਆ ਇਧਰ ਤੇ ਆਪਾਂ ਸੋਖ ਨਾਲ ਟਿਕਟ ਕੱਟਣੇ ਨਹੀਂ ਦੇਣੀ ਲਓ ਜੀ ਬੋਡੀ ਪੈਰਾਗ੍ਰਾਫ ਨੂੰ ਕੱਲੇ ਕੱਲੇ ਅੱਖਰ ਨੂੰ ਕਲੀਅਰ ਕਰੂੰਗਾ ਫੀਲ ਕਰਾਉਂਗਾ ਵੀ ਟ੍ਰੇਨਰ ਤੋਂ ਚੀਜ਼ ਹੈ ਕੋਈ ਮੁੰਡੇ ਬਾਹਰ ਜਾ ਕੇ ਕਹਿ ਮੇਰੀ ਚਾਹ ਲਿਆ ਦੋ ਕਹਦੇ ਰਮਨ ਦੀ ਚਾਹ ਲੇ ਦੋ ਅੰਦਰ ਕੋਈ ਵੀ ਜਾਓ ਲਓ ਜੀ ਦੇਖੋ ਸਭ ਤੋਂ ਪਹਿਲੀ ਚੀਜ਼ ਕਨਸੈਪਟ ਸ਼ੁਰੂ ਕਰਿਆ ਟੂ ਬੀਗਨ ਵਿਦ ਟੂ ਬੀਗਨ ਵਿਦ ਦਾ ਮਤਲਬ ਹੈ ਜਦੋਂ ਤੁਸੀਂ ਐਸੇ ਨੂੰ ਸ਼ੁਰੂ ਕਰਨਾ ਹੈ ਆਪਣੇ ਬਾਡੀ ਪੈਰਾਗ੍ਰਾਫ ਨੂੰ ਸ਼ੁਰੂ ਕਰਨਾ ਹੈ ਸਭ ਤੋਂ ਪਹਿਲੀ ਚੀਜ਼ ਕੀ ਹੈ ਤੁਹਾਡੇ ਕੋਲੇ ਮੇਨ ਪੁਆਇੰਟ ਹੋਣਾ ਚਾਹੀਦਾ ਹੈਗਾ ਮੇਨ ਪੁਆਇੰਟ ਦਾ ਮਤਲਬ ਕੀ ਹੈ ਆ ਦੇਖੋ ਟੂ ਬੀਗਨ ਵਿਦ ਪਹਿਲਾ ਕਨੈਕਟਰ ਹੈ ਜਦੋਂ ਵੀ ਤੁਸੀਂ ਬੋਡੀ ਪੈਰਾਗ੍ਰਾਫ ਨੂੰ ਸ਼ੁਰੂ ਕਰਨਾ ਹੈ ਆ ਲਾ ਲਓ ਕਈ ਲੋਕ ਲਿਖਦੇ ਨੇ ਟੂ ਕਮੈਂਸ ਵਿਦ ਤੁਸੀਂ ਟੂ ਬਿਗਨ ਵਿਦ ਵੀ ਠੀਕ ਹੈ ਟੂ ਕਮੈਂਸ ਵਿਦ ਵੀ ਠੀਕ ਆ ਦੋਨੇ ਠੀਕ ਨੇ ਆਓ ਆਪਾਂ ਆਪਣਾ ਮੇਨ ਪੁਆਇੰਟ ਦਿੰਨਾ ਕੀ ਹੈ ਮੈਂ ਲਿਖਿਆ ਥੇਅਰ ਆਰ ਮੈਨੀ ਥੇਅਰ ਆਰ ਮੈਨੀ ਰੀਜ਼ਨਸ ਥੈਟ ਹੈਲਪਡ ਪੀਪਲ ਟੂ ਲਿਵ ਲੌਂਗਰ ਬਹੁਤ ਸਾਰੇ ਕਾਰਨ ਸੀ ਹੈਲਪਡ ਸੈਕਿੰਡ ਫਾਰਮ ਹੈ ਨਾ ਬਹੁਤ ਸਾਰੇ ਕਾਰਨ ਸੀ ਲੋਕ ਜਿਹੜੀ ਜ਼ਿੰਦਗੀ ਜਿਉਂਦੇ ਸੀਗੇ ਪਾਸਟਰੇ ਵਿੱਚ ਹੈਲਦੀ ਜ਼ਿੰਦਗੀ ਜਿਉਂਦੇ ਸੀ ਹੁਣ ਆਪਾਂ ਦੱਸੀਏ ਕਿਵੇਂ-ਕਿਵੇਂ ਆ ਦਾ ਪ੍ਰੀਡੋਮੀਨੈਂਟ ਪ੍ਰੀਡੋਮੀਨੈਂਟ ਦਾ ਬਲੋਂਦਾ ਦਾ ਇੰਪੋਰਟੈਂਟ ਮੇਨ ਕਾਰਨ ਕੀ ਸੀਗਾ ਮੈਂ ਲਿਖਿਆ ਦਾ ਪ੍ਰੀਡੋਮੀਨੈਂਟ ਵਨ ਇਜ਼ ਦਾ ਪੀਸਫੁਲ ਸਟੇਬਲ ਐਂਡ ਟੈਨਸ਼ਨ ਫਰੀ ਲਾਈਫ ਦੇਖੋ ਤੁਹਾਨੂੰ ਮੈਂ ਉਥੇ ਕਹਿ ਕੇ ਆਈ ਸੀ ਨਾ ਵੀ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਸੀਗਾ ਉਹ ਬਹੁਤ ਚੰਗਾ ਸੀਗਾ ਤਾਂ ਉਹ ਲੰਬੀ ਜ਼ਿੰਦਗੀ ਜਿਉਂਦੇ ਸੀ ਇਧਰ ਵੀ ਮੈਂ ਲਿਖਦਾ ਨਾ ਨੰਬਰ 1 ਤੇ ਪੀਸਫੁੱਲ ਸੀ ਨਾ ਕਿਸੇ ਨੂੰ ਜੈਲਸ ਨਾ ਹੋ ਰ ਨਾ ਕਿਸੇ ਨੂੰ ਮੌਲ ਬਣਾਉਣ ਦੀ ਟੈਨਸ਼ਨ ਨਾ ਕਿਸੇ ਨੂੰ ਕੋਈ ਗੱਡੀਆਂ ਲੈਣ ਦੀ ਟੈਨਸ਼ਨ ਨਾ ਕੋਠੀਆਂ ਦੀ ਜਹੇ ਜੇ ਘਰਾਂ ਚ ਸਾਰੇ ਇੱਕੋ ਜਿਹੇ ਰਹਿੰਦੇ ਹੁੰਦੇ ਸੀਗੇ ਠੀਕ ਆ ਤਾਂ ਕਹਿਣ ਦਾ ਮਤਲਬ ਉਹਨਾਂ ਦੀ ਜ਼ਿੰਦਗੀ ਪੀਸਫੁੱਲ ਸੀ ਸਟੇਬਲ ਵੀ ਸੀ ਟਿੱਕੀ ਹੋਈ ਸੀ ਏ ਆਪਾਂ ਕੀ ਕਰਿਆ ਇਸ ਜੀ ਨੂੰ ਦੱਸਣਾ ਤਾਂ ਹੈਗਾ ਨਾ ਕਿ ਪੀਸਫੁਲ ਕਿਵੇਂ ਸੀਗਾ ਸਟੇਬਲ ਕਿਵੇਂ ਸੀ ਟੈਨਸ਼ਨ ਫਰੀ ਕਿਵੇਂ ਸੀਗਾ ਤਾਂ ਦੂਜੇ ਨੰਬਰ ਤੇ ਆਪਣੇ ਕੋਲ ਕੀ ਆ ਗਿਆ ਐਕਸਪਲੇਨ ਤੇ ਐਕਸਪਲੇਨ ਕਰਨ ਦੇ ਲਈ ਮੇਰੇ ਕੋਲ ਇੱਕ ਕਨੈਕਟਰ ਜਿਹੜਾ ਵਰਤਿਆ ਮੈਂ ਦੈਟ ਇਜ਼ ਕਾਲਡ ਟੂ ਐਕਸਪਲੇਨ ਇਟ ਆਹ ਹੁਣ ਤੱਕ ਆਪਣਾ 1 ਪੁਆਇੰਟ ਖਤਮ ਹੋ ਗਿਆ ਆਪਾਂ ਨੇ ਮੈਂ ਤੁਹਾਨੂੰ ਕਹਿੰਦਾ 4 ਪੁਆਇੰਟ ਦੇਣ ਨੇ ਹੁਣੇ ਤੱਕ ਹੋ ਗਿਆ 1 ਆ ਵਨ ਨੇ ਦੂਜਾ ਸ਼ੁਰੂ ਹੋ ਗਿਆ ਉਹ ਰੋਟੂ ਐਕਸਪਲੇਨ ਇਟ ਤੋਂ ਹੁਣ ਆਪਾਂ ਇਹਨੂੰ ਐਕਸਪਲੇਨ ਕਰਕੇ ਦੇਖਦੇ ਆ ਕਿਵੇਂ ਮੈਂ ਲਿਖਿਆ ਵਰਕਿੰਗ ਆਵਰਸ ਇਨ ਦਾ ਪਾਸਟ ਵਰ ਲਿਮਿਟਿਡ ਜਿਹੜੇ ਵਰਕਿੰਗ ਆਵਰਸ ਸੀ ਨਾ ਜਿਹੜੇ ਲੋਕ ਕੰਮ ਕਰਦੇ ਸੀ ਪਾਸਟ ਚ ਉਹ ਇੱਕ ਲਿਮਿਟਿਡ ਸੀਗਾ ਐਂਡ ਪੀਪਲ ਫਾਲੋਡ ਆ ਡਿਸਪਲਿਨਡ ਅਪਰੋਚ ਇਨ देयर ਰੁਟੀਨ ਚੋਰਸ ਇਨਕਲੂਡਿੰਗ ਸਲੀਪਿੰਗ ਐਂਡ ਡੂਇੰਗ ਐਕਸਰਸਾਈਜ਼ ਐਂਡ ਯੋਗਾ ਮਤਲਬ ਲੋਕਾਂ ਕੋਲੇ ਇੱਕ ਮੈਨਰ ਸੀਗਾ ਲੋਕਾਂ ਕੋਲੇ ਆ ਚੀਜ਼ ਸੀਗੀ ਵੀ ਅਸੀਂ ਰਹਿਣਾ ਕਿਵੇਂ ਆ ਜੋ ਜੋ ਕੰਮ ਕਰ ਰਹੇ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਆ ਅੱਜ ਤਾਂ ਇਹ ਵੀ ਹੈ ਨਾ ਓਵਰਟਾਈਮ ਲਾ ਲੋ ਜੀ ਪੁਰਾਣੇ ਨਹੀਂ ਕਹਿੰਦਾ ਓਵਰਟਾਈਮ ਲਾਉਂਦੇ ਸੀ ਉਹ ਕਹਿੰਦੇ ਸਾਨੂੰ ਸੈਟੀਸਫੈਕਸ਼ਨ ਹੈ ਆਪਣੀ ਜ਼ਿੰਦਗੀ ਚ ਉਹ ਪ੍ਰੋਪਰ ਕੰਮ ਕਰਦੇ ਸੀ ਲਿਮਿਟਡ ਟਾਈਮ ਸੀ ਉਹਨੂੰ ਫਾਲੋ ਕਰਦੇ ਸੀ ਡਿਸਪਲਿਨ ਸੀਗਾ ਰੂਟੀਨ ਦੇ ਇਹ ਜਿਹੜਾ ਚੋਰਜ਼ ਹੈ ਨਾ ਚੋਰਜ਼ ਆਮ ਨੂੰ ਕੰਮ ਰੂਟੀਨ ਦੇ ਜਿਹੜੇ ਕੰਮ ਸੀਗੇ ਉਹਨਾਂ ਨੂੰ ਵੀ ਪ੍ਰੋਪਰ ਫਾਲੋ ਕਰਦੇ ਸੀ ਸਲੀਪਿੰਗ ਪੂਰਾ ਟਾਈਮ ਸੌਂਦੇ ਵੀ ਸੀਗੇ ਤੇ ਇਵਨ ਕੇ ਐਕਸਰਸਾਈਜ਼ ਤੇ ਯੋਗਾ ਵੀ ਕਰਦੇ ਸੀ ਅਪਾ ਐਕਸਪਲੇਨ ਕਰਨਾ ਕਹਿੰਦੇ ਆ ਇਹੀ ਤਾਂ ਕਿੱਡਾ ਕਾਰਨ ਹੋ ਗਿਆ ਕਿ ਉਹਨਾਂ ਦੀ ਜ਼ਿੰਦਗੀ ਸੌਖੀ ਸੀ ਇਸ ਤੋਂ ਬਾਅਦ ਉਹਨੇ ਐਕਸਪਲੇਨ ਹੋਰ ਕਰਿਆ ਮੈਂ ਲਿਖਿਆ ਜਿਵੇਂ ਕਿ ਸੱਚ ਐਨ ਅਪਰੋਚ ਪ੍ਰੀਵੈਂਟਡ ਥੈਮ ਫਰੋਮ ਪ੍ਰੀਵੈਂਟ ਹੁੰਦਾ ਹੈ ਬਚਾ ਕੇ ਰੱਖਣਾ ਜਿਹੜਾ ਕੁਛ ਆ ਕਰਦੇ ਸੀ ਨਾ ਲਿਮਿਟਡ ਟਾਈਮ ਤੇ ਕੰਮ ਕਰਨਾ ਟਾਈਮ ਤੇ ਸੋਣਾ ਯੋਗਾ ਕਰਨਾ ਐਕਸਰਸਾਈਜ਼ ਕਰਨੀ ਟੈਨਸ਼ਨ ਨਾ ਲੈਣੀ ਇਹੀ ਤਾਂ ਸਾਰੇ ਕੰਮ ਸੀ ਕਹਿੰਦਾ ਜਿਹੜਾ ਉਹਨਾਂ ਨੂੰ ਬਚਾ ਕੇ ਰੱਖਦਾ ਸੀ ਪ੍ਰੀਵੈਂਟ ਕਰਨਾ ਐਂਜ਼ਾਈਟੀ ਐਂਜ਼ਾਈਟੀ ਹੁੰਦੀ ਹੈ ਟੈਨਸ਼ਨ ਟੈਨਸ਼ਨ ਤੋਂ ਬਚਾ ਕੇ ਰੱਖਦਾ ਸੀਗਾ ਦੂਜੀ ਗੱਲ ਬਲੱਡ ਪ੍ਰੈਸ਼ਰ ਅੱਜ ਕੱਲ੍ਹ ਵਾਲਿਆਂ ਦਾ ਬਲੱਡ ਪ੍ਰੈਸ਼ਰ ਬਹੁਤ ਵਧਦੇਗਾ ਚੱਲਦੀ ਹੈ ਤੇਰੀ ਵੀਡੀਓ ਹਾਂਜੀ ਹਾਂ ਓਕੇ ਹੈ ਨਾ ਠੀਕ ਹੈ ਖੁਸ਼ ਐਂਡ ਅਦਰ ਨਿਊਮੋਰੀਅਸ ਸਾਈਕੋਮੈਟਿਕ ਡਿਸਆਰਡਰ ਸਾਈਕੋਮੈਟਿਕ ਹੈ ਦਿਮਾਗ ਦੀ ਟੈਨਸ਼ਨ ਆ ਅੱਜ ਕੱਲ੍ਹ ਆ ਸਾਰੀਆਂ ਚੀਜ਼ਾਂ ਬੰਦੇ 'ਚ ਨੇ ਉਨੂੰ ਟੈਂਸ਼ਨ ਵੀ ਹੈ ਉਹਦਾ ਬਲੱਡ ਪ੍ਰੈਸ਼ਰ ਵੀ ਵੱਧ ਹੈ ਉਹਨੂੰ ਆ ਸਾਈਕੋ ਪ੍ਰੋਬਲਮਸ ਵੀ ਬਹੁਤ ਨੇ ਪਰ ਸਾਰੀਆਂ ਚੀਜ਼ਾਂ ਦੀ ਜਿਹੜੀ ਪ੍ਰੋਬਲਮ ਹੈ ਡੀਅਰ ਪਹਿਲਾਂ ਨਹੀਂ ਹੁੰਦੀ ਸੀ ਕਿਉਂਕਿ ਜ਼ਿੰਦਗੀ ਬਹੁਤ ਸੌਖੀ ਸੀ ਜ਼ਿੰਦਗੀ ਸੌਖੀ ਦਾ ਮਤਲਬ ਕੀ ਸੀਗਾ ਕਿ ਉਹਨਾਂ ਨੂੰ ਇਹ ਪਤਾ ਸੀ ਕਿ ਟਾਈਮ ਤੇ ਕੰਮ ਕਰਨੇ ਐਕਸਰਸਾਈਜ਼ ਕਰਨੀ ਹੈ ਫੈਮਿਲੀ ਨਾਲ ਟਾਈਮ ਸਪੈਂਡ ਕਰਨੇ ਅੱਜ ਕੱਲ ਨਾ ਕਿਸੇ ਬੰਦੇ ਨੂੰ ਕਿਸੇ ਨੇ ਪੁੱਛਿਆ ਤੇਰੇ ਜਵਾਕ ਕਿੱਡੇ ਖੋਗੇ ਪਤਾ ਕੀ ਕਹਿੰਦਾ ਕਹਿੰਦਾ 8 ਡੇਕ 8 ਡੇਕ ਉਹ ਕਹਿੰਦਾ ਪਾਗਲਾ ਜਵਾਕ ਤਾਂ ਐ ਦਸੀਤੇ ਹੁੰਦੇ ਨੇ ਐਡੇ ਕ ਤੂੰ ਐ ਦਸੀਏ ਨੇ ਕਹਿੰਦਾ ਕੀ ਦਸਾਂ ਜਦੋਂ ਘਰੇ ਜਾਨਾ ਉਦੋਂ ਵੀ ਸੁੱਤੇ ਪਏ ਹੁੰਦੇ ਨੇ ਜਦੋਂ ਘਰੋਂ ਆਉਣਾ ਉਦੋਂ ਵੀ ਸੁੱਤੇ ਪਏ ਹੁੰਦੇ ਨੇ ਕਹਿੰਦਾ ਮੈਂ ਤਾਂ ਬੈੱਡ ਤੇ ਪਏ ਨੂੰ ਦੇਖਦਾ ਮੈਂ ਕਹਿੰਦਾ ਐਡੇ ਕ ਹੋ ਗਏ ਕੱਲ ਸਮਝਾਈ ਨਾ ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਜ਼ਿੰਦਗੀ ਆਪਾਂ ਰੁਪਈਏ ਦੇ ਚੱਕਰ ਦੇ ਵਿੱਚ ਬੰਦਾ ਜਿਉਣਾ ਭੁੱਲ ਗਿਆ ਇਹ ਸੱਚਾਈ ਹੈ ਟੈਨਸ਼ਨ ਐਂਜ਼ਾਈਟੀ ਲੋਕਾਂ ਨੂੰ ਹਾਰਟ ਅਟੈਕ ਹੁੰਦੇ ਨੇ ਉਹ ਟੈਨਸ਼ਨਾ ਕਰਕੇ ਹੁੰਦੇ ਨੇ ਠੀਕ ਆ ਤਾਂ ਆਓ ਇੱਕ ਐਗਜ਼ਾਮਪਲ ਦਿੰਨੇ ਆ ਇਸ ਟੌਪਿਕ ਨਾਲ ਜੁੜਦੀ ਹੋਈ ਐਗਜ਼ਾਮਪਲ ਦੇ ਲਈ ਮੈਨੇ ਕਨੈਕਟਰ ਪਹਿਲੇ ਨੰਬਰ ਤੇ ਟੂ ਬੀਗਨ ਵਿਦ ਮੈਨੇ ਪੁਆਇੰਟ ਦਿੱਤਾ ਟੂ ਐਕਸਪਲੇਨ ਇਟ ਮੈਨੇ ਉਹਨੂੰ ਐਕਸਪਲੇਨ ਕਰਿਆ ਟੂ ਸਾਈਟ ਐਨ ਐਗਜ਼ਾਮਪਲ ਤੁਸੀਂ ਫੋਰ ਐਗਜ਼ਾਮਪਲ ਵੀ ਪਾ ਸਕਦੇ ਹੋ ਆਪਣੀ ਮਰਜ਼ੀ ਹੈ ਮੈਂ ਲਿਖਤਾ ਟੂ ਸਾਈਟ ਐਨ ਐਗਜ਼ਾਮਪਲ ਮਤਲਬ ਉਹੀ ਆਏਗਾ ਮੈਂ ਲਿਖਿਆ ਆ ਸਰਵੇ ਬਾਸ ਕੰਡਕਟਡ ਬਾਈ WHO World Health Organization ਕਦੇ ਵੀ ਐਗਜ਼ਾਮਪਲ ਸੱਚੀ ਨਹੀਂ ਹੁੰਦੀ ਸੱਚੀ ਤਾਂ ਆਪੇ ਨਹੀਂ ਹੁੰਦੀ ਕਿਉਂਕਿ ਇਨੀ ਨੌਲੇਜ ਹੀ ਨਹੀਂ ਹੁੰਦੀ ਕਿਸੇ ਨੂੰ ਆਇਲ ਸੇ ਵਿੱਚ ਤੁਹਾਡੀ ਨੌਲੇਜ ਨਹੀਂ ਚੈੱਕ ਕਰ ਰਹੇ ਆਇਲ ਸੇ ਵਿੱਚ ਚੈੱਕ ਕਰ ਰਹੇ ਨਹੀਂ ਤੁਹਾਡਾ ਸਟਰਕਚਰ ਲਿਖਣ ਦਾ ਤਰੀਕਾ ਕਹਿੰਦਾ ਇੱਕ ਸਰਵੇ ਕੰਡਕਟ ਹੋਇਆ WHO ਨੇ ਤੇ ਕਦੇ ਵੀ ਜੇ ਸ਼ਾਰਟ ਫਾਰਮ ਪਾਉਣੇ ਹੋ ਬ੍ਰੈਕਟ ਦੇ ਵਿੱਚ ਉਹਦੀ ਫੁੱਲ ਫਾਰਮ ਪਾ ਦਿਓ ਜੇ UK ਪਾਇਆ ਬ੍ਰੈਕਟ ਦੇ ਵਿੱਚ ਯੂਨਾਈਟਿਡ ਕਿੰਗਡਮ ਹਾਂ ਉੱਤਰਾਖੰਡ ਨਹੀਂ ਬੇਟੇ ਯੂਨਾਈਟਿਡ ਕਿੰਗਡਮ ਉਹਨਾਂ ਨੇ WHO ਨੇ ਇਹ ਵਿੱਚ ਕਰਿਆ ਇਨ 2015 2015 ਚ ਕਰਿਆ ਦੇ ਫਾਊਂਡ ਉਹਨਾਂ ਨੇ ਕੀ ਸਰਵੇ ਕਰਿਆ ਦਾ ਲਾਈਫ ਸਪੈਨ ਹਿਊਮਨਸ ਵਾਸ 90 ইয়ারਜ਼ ਇਨ 90th ਸੈਂਚਰੀ ਲਾਈਫ ਸਪੈਨ ਹੁੰਦਾ ਹੈ ਜ਼ਿੰਦਗੀ ਨੂੰ ਜਿਉਣ ਦਾ ਇੱਕ ਚੱਕਰ 19ਵੀਂ ਸੈਂਚਰੀ ਦੇ ਵਿੱਚ ਲੋਕਾਂ ਦਾ ਲਗਭਗ 90 ਸਾਲ ਦੀ ਉਮਰ ਹੁੰਦੀ ਸੀ ਹਰ ਇੱਕ ਬੰਦੇ ਦੀ was 90 in 19th century which is decreased by 20 years in 21st century ਤਾਂ ਇਹ ਵੀ ਗੱਲ ਹੈ ਨਾ ਹੁਣ ਜਿਵੇਂ ਇੱਕ ਡੌਗ ਦੀ ਉਮਰ ਹੈ ਉਹ 10 ਸਾਲ ਹੈ ਡੌਗ ਦੀ ਉਮਰ 10 ਸਾਲ ਹੁੰਦੀ ਹੈ ਬੰਦੇ ਦੀ ਉਮਰ ਘਟਦੀ ਘਟਦੀ ਪਹਿਲਾਂ 90 ਸਾਲ ਸੀ ਹੁਣ 70 ਸਾਲ ਰਹਿ ਗਈ ਇਹ ਸਚਾਈ ਹੈ ਮੰਨੋ ਚਾਹੀਦਾ ਮੰਨੋ ਅੱਦੇ ਦਾ ਇੱਕ ਮਿੰਟ ਦੀਪਾ ਤੇਰੀ ਉਮਰ ਕਿੰਨੀ ਹੈ 30 ਨਹੀਂ 3 70 ਦਾ ਬੰਦਾ ਰਹਿ ਕੇ ਪਿੱਛੇ 40 20 ਸਾਲ ਸੌਕੇ ਕੱਟਦੇ ਅੱਜ ਤਾਂ ਸੋਮ ਲੈ ਹੱਸ ਰਿਹਾ ਓਏ ਅੱਜ ਤਾਂ ਸੋਨਾ ਵੀ ਪਊਗਾ ਦੀਪਾ ਪਿੱਛੇ 20 ਸਾਲ ਰਹਿ ਗਏ ਪੁੱਤ ਜੇ ਕੁਝ ਕਰਨੇ ਕੁਝ ਖੱਟਣੇ ਖੱਟ ਲੋ ਫਿਰ ਤਾਂ ਵਿਆਹ ਵੀ ਬਹੁਤ ਔਖਾ ਹੈ ਜਿਵਾਗ ਛੋਟੀ ਉਮਰ ਤੇ ਨੂੰ ਵਿਆਹਣੇ ਪੈਣਗੇ ਜੇ ਦਾਦਾ ਘਹੋਣੇ ਜ਼ਿੰਦਗੀ ਬਹੁਤ ਔਖੀ ਹੈਗੀ ਇਹਦਾ ਰਿਜ਼ਲਟ ਕੀ ਨਿਕਲਦਾ ਇਸ ਗੱਲ ਦਾ ਕਿਵੇਂ ਛੇਤੀ ਵਿਆਹ ਕਰਾ ਲਓ ਮੈਂ ਕਹਿੰਦਾ ਰਿਜ਼ਲਟ ਕੀ ਨਿਕਲਣਾ ਕਿ ਛੇਤੀ ਵਿਆਹ ਕਰਾ ਲਓ ਵੈਰੀ ਗੁੱਡ ਦਾ ਐਵੀਡੈਂਸ ਐਵੀਡੈਂਸ ਹੈ ਜਿਹੜਾ ਉਹ ਪ੍ਰੂਵ ਕਰਦਾ ਹੈਗਾ ਥੈਟ ਲਾਈਫ ਸਟਾਈਲ ਜਿਹੜਾ ਲਾਈਫ ਸਟਾਈਲ ਹੈ ਇਸ ਦਾ ਮੇਜਰ ਫੈਕਟਰ ਥੈਟ ਹੈਲਪਡ ਪੀਪਲ ਟੂ ਲਿਵ ਲੌਂਗਰ ਜਿਹੜਾ ਲਾਈਫ ਸਟਾਈਲ ਹੈ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਲੋਕਾਂ ਨੂੰ ਉਹਨਾਂ ਦੀ ਜਿਹੜੀ ਜ਼ਿੰਦਗੀ ਜਿਉਣ ਦੇ ਵਿੱਚ ਕਲੀਅਰ ਇੱਕ ਬਾਡੀ ਪੈਰਾਗ੍ਰਾਫ ਹੋ ਗਿਆ ਯੈਸ ਸਰ ਮੈਨੇ ਕੁਛ ਨਹੀਂ ਕਰਿਆ ਮੈਨੇ ਮੇਨ ਪੁਆਇੰਟ ਦਿੱਤਾ ਐਕਸਪਲੇਨ ਕਰਿਆ ਐਗਜ਼ਾਮਪਲ ਦਿੱਤੀ ਤੇ ਉਹਦਾ ਰਿਜ਼ਲਟ ਕੱਢਤਾ ਇਹ ਤੁਸੀਂ ਆਪਣੀ ਮਰਜ਼ੀ ਨਾਲ ਵੀ ਕੋਈ ਵੀ ਪੁਆਇੰਟ ਦੇ ਸਕਦੇ ਸੀ ਆਪਣੀ ਮਰਜ਼ੀ ਨਾਲ ਐਕਸਪਲੇਨ ਕਰ ਸਕਦੇ ਸੀ ਐਗਜ਼ਾਮਪਲ ਆਪਣੀ ਮਰਜ਼ੀ ਨਾਲ ਦੇ ਸਕਦੇ ਸੀ ਰਿਜ਼ਲਟ ਆਪਣੀ ਮਰਜ਼ੀ ਨਾਲ ਦੇ ਸਕਦੇ ਸੀ ਕਿਸੇ ਤੇ ਪ੍ਰੈਸ਼ਰ ਨਹੀਂ ਰੱਟਾ ਮਾਰਨ ਲਈ ਤਾਂ ਆਇਲ ਸੱਚੀ ਜੇ ਨਹੀਂ ਦੂਜਾ ਬੋਡੀ ਪੈਰਾਗ੍ਰਾਫ ਦੇਖੋ ਮੈਂ ਇੱਕ ਕਨੈਕਟਰ ਲਾਇਆ 무ਵਿੰਗ ਫਰਦਰ 무ਵਿੰਗ ਫਰਦਰ ਦਾ ਮਤਲਬ ਪਤਾ ਕੀ ਹੈ ਮੈਂ ਅੱਗੇ ਲੈ ਕੇ ਜਾਣਾ ਕੋਈ ਬੱਚਾ ਮੋਰਓਵਰ ਵੀ ला ਸਕਦਾ ਹੈ ਫਰਦਰ ਮੋਰ ਵੀ ला ਸਕਦਾ ਹੈ ਸੌਰੀ ਹਾਊਏਵਰ ਨਹੀਂ ला ਸਕਦਾ ਕੰਟਰੈਡਿਕਟ ਥੋੜੀ ਹੈ ਹਾਲਵਰ ਤਾਂ ਉਦੋਂ ਹੁੰਦਾ ਨਾ ਜੇ ਬਾਡੀ 1 ਕੋਈ ਹੋਰ ਬਾਡੀ 2 ਕੋਈ ਹੋਰ ਇਹ ਤਾਂ ਬਿਲਕੁਲ ਸੇਮ ਹੈ ਤਾਂ ਮੈਨੇ ਯੂਜ਼ ਕਰਿਆ 무ਵਿੰਗ ਫਰਦਰ ਹੁਣ ਮੇਨ ਪੁਆਇੰਟ देयर ਈਟਿੰਗ ਹੈਬਿਟਸ ਵਰ ਹੈਲਥੀਅਰ ਐਂਡ देयर ਡਾਈਟ ਇਨਕਲੂਡਿੰਗ ਆਰਗੇਨਿਕ ਫਰੂਟਸ ਐਂਡ ਵੈਜੀਟੇਬਲ ਉਹਨਾਂ ਦੀ ਜਿਹੜੀਆਂ ਸਬਜ਼ੀਆਂ ਫਲ ਆ ਹੈਲਥੀਅਰ ਲਾਈਫ ਮੈਂ ਕੱਦੂ ਲਿਆ ਅੱਧਾ ਕਿਲੋ ਫ੍ਰਿਜਦ ਰੱਖਿਆ ਸਵੇਰੇ ਕਿਲੋ ਦਾ ਹੋ ਗਿਆ ਸੋਚ ਕੇ ਦੇਖੋ ਵੀ ਉਹ ਐ ਤਾਂ ਹੈ ਨਹੀਂ ਵੀ ਕਦੂ ਰਾਤੋ ਰਾਤ ਜਵਾਨ ਹੋ ਗਿਆ ਦੀਪ ਕਦੂ ਰਾਤੋ ਰਾਤ ਤਾਂ ਹੋਇਆ ਨਹੀਂ ਹੁਣ ਹੈ ਕਹਿਣ ਦਾ ਮਤਲਬ ਇਹ ਹੈ ਕਿ ਸਿਸਟਮ ਤਾਂ ਕੋਈ ਲੱਗਦੀ ਹੈ ਓਕੇ ਨਾ ਆਵਾਜ਼ ਠੀਕ ਹੈ ਨਾ ਬਸ ਠੀਕ ਹੈ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਲੋਕ ਤਾਂ ਨੇਰੀ ਜ਼ਹਿਰ ਖਾ ਰਹੇ ਆ ਜਿਹੜੇ ਟਾਈਮ 'ਚ ਕਿਹੜੀਆਂ ਸਬਜ਼ੀਆਂ ਆਪਣੇ ਆ ਫਸਲਾਂ ਵੀ ਜਿਹੜੀਆਂ ਬੀਜੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਅਗਲਾ ਕੀ ਕਹਿੰਦਾ ਹੁੰਦਾ ਵੀ ਆਪਣਾ ਇੱਕ ਕਿੱਲਾ ੱਡ ਬੀਜ ਲਓ ਜੀ ਜਿੱਥੇ ਰੇਹਾਂ ਸਪਰੇਹਾਂ ਤੋਂ ਬਿਨਾ ਹੋਵੇ ਸੱਚੀ ਗੱਲ ਐ ਕਿਉਂਕਿ ਨਹੀਂ ਤਾਂ ਫਸਲਾਂ ਨੂੰ ਖਾਏ ਜਾਣਗੇ ਕੀੜੇ ਮਕੌੜੀ ਬਹੁਤ ਖਾਏ ਨੇ ਜੇ ਉਹਨਾਂ ਨੂੰ ਆ ਕੈਮੀਕਲ ਵਗੈਰਾ ਨਾ ਪੈਣ ਤੇ ਜੇ ਕੈਮੀਕਲ ਪੈਣਦੇ ਨੇ ਤਾਂ ਹੈਲਥੀਅਰ ਨਹੀਂ ਕਿਹੜਾ ਫਰੂਟ ਹੈਲਦੀ ਹੈ ਤੁਸੀਂ ਲੀਚੀਆਂ ਤੇ ਕਲਰ ਕਰ ਕਰਕੇ ਦਿੰਦੇ ਨੇ ਇਹ ਸਚਾਈ ਹੈ ਮਿਰਚਾਂ ਜੀਟਾਂ ਦਾ ਬਾਰਡਰ ਬਦਲ ਮੈਂ ਇਹ ਕਹਿਣਾ ਕਿ ਪਹਿਲਾਂ ਦੇ ਲੋਕਾਂ 'ਚ ਇੰਨਾ ਕਿ ਦਿਲ ਹੈਗਾ ਸੀ ਕਿ ਪਿਓਰਿਟੀ ਲੈਵਲ ਉੱਚਾ ਸੀਗਾ ਤੇ ਅੱਜ ਤੱਕ ਅੱਖ ਵੀ ਨਹੀਂ ਰਿਹਾ ਸਮਝ ਰਹੇ ਹੋ ਨਾ ਤੇ ਜੋ ਖਾਵਾਂਗੇ ਉਹੀ ਚੀਜ਼ ਆਪਣੇ ਚੱਲੂਗੀ ਕਨੈਕਟਰ ਯੂਜ਼ ਕੀਤਾ ਸੀ ਮੈਨੇ ਮੂਵਿੰਗ ਫਰਦਰ ਮੈਂ ਕਹਿੰਉਂ ਜਿਹੜੀ ਈਟਿੰਗ ਹੈਬਿਟ ਨੇ ਉਹ ਹੈਲਥੀਅਰ ਦੀ ਡਾਈਟ ਸੀ ਜਿਹੜੀ ਆਰਗੇਨਿਕ ਸੀ ਫਰੂਟ ਤੇ ਵੈਜੀਟੇਬਲ ਵਧੀਆ ਤਰੀਕੇ ਨਾਲ ਉਹ ਖਾਂਦੇ ਸੀ ਹੁਣ ਇਸ ਗੱਲ ਨੂੰ ਐਕਸਪਲੇਨ ਕਰਨ ਦੇ ਲਈ ਉੱਪਰ ਕਨੈਕਟਰ ਯੂਜ਼ ਕੀਤਾ ਸੀ ਟੂ ਐਕਸਪਲੇਨ ਇਟ ਉਰੇ ਮੈਂ ਕਨੈਕਟਰ ਯੂਜ਼ ਕੀਤਾ इन अदर वर्ड्स देखो सेम नहीं होना चाहिए इन अदर वर्ड्स द इनटेक इनटेक ਹੁੰਦਾ ਹੈ ਖਾਣਾ ਠੀਕ ਹੈ ਇਨਟੇਕ ਦਾ ਇਨਟੇਕ ਇਨ ਦਾ ਪਾਸਟ ਵਾਸ ਹਾਇਰ ਇਨ ਨਿਊਟ੍ਰੀਐਂਟਸ ਲਾਈਕ ਵਿਟਾਮਿਨਸ ਐਂਡ ਮਿਨਰਲਸ ਵਿਦਆਊਟ ਦਾ ਯੂਜ਼ ਆਫ ਅ ਪੈਸਟੀਸਾਈਡ ਮਤਲਬ ਪਹਿਲਾਂ ਨਾ ਤਾਂ ਪੈਸਟੀਸਾਈਡ ਹੁੰਦੀਆਂ ਸੀ ਅੱਜ ਕੱਲ ਦਾ ਦੇਖੋ ਮਲਟੀ ਵਿਟਾਮਿਨ ਵੀ ਡੱਬੀਆਂ ਚਾਉਂਦੇ ਨੇ ਸਮਝੇਦਾਰ ਤੁਸੀਂ ਆਪ ਹੀ ਹੋ ਨਾ ਕਿੰਨੇ ਬੱਚੇ ਉਰੇ ਬੈਠੇ ਆ ਜਿਨ੍ਹਾਂ ਨੇ ਮਜਰਾ ਦੁੱਧ ਪੀਤਾ ਉਹ ਵੀ ਡਾਇਰੈਕਟ ਹੈ ਤੁਹਾਡੇ ਜੋ ਕੋਈ 1 2 ਡਾਇਰੈਕਟ ਐਵੇਂ ਬਾਲਟੀ ਚ ਨਹੀਂ ਪਿਆ ਡੋਕੇ ਜਿਵੇਂ ਆਪਾਂ ਕਹਿੰਦੇ ਤਾਰਾ ਘੱਟਦੇ ਹੋਏ ਤੇ ਸਲਾਮ ਹੈ ਤੁਹਾਨੂੰ ਇਹ ਗੱਲ ਪੱਕੀ ਹੈ ਤੇ ਆ ਉਹ ਬੰਦੇ ਨੇ ਵੈਰੀ ਗੁੱਡ ਬੱਕਰੀ ਦਾ ਨਹੀਂ ਪੁੱਛਿਆ ਦੀਪ ਮੱਝ ਮੱਝ ਹੁੰਦੀ ਹੈ ਬੱਫਲੋ ਹਰੇ ਇਹ ਵੀ ਹੱਸਦੇ ਆ ਕਹਿਣ ਦਾ ਮਤਲਬ ਇਹ ਹੈ ਕਿ ਬਾਰੇ ਇੱਕ ਗੱਲ ਹੋ ਰਿਹਾ ਬਾਬਾ ਜੀ ਜਿਹੜੀ ਬੱਕਰੀ ਤੋਂ ਹੱਸਦੇ ਹੋ ਨਾ ਜਦੋਂ ਆ ਸੈੱਲ ਘਟੇਦੀ ਨਾ 500 ਰੁਪਏ ਦਾ ਗਲਾਸ ਮਿਲਦਾ ਹੁੰਦਾ ਸੀ ਔਰ ਮੇਰੀ ਮਾਤਾ ਨਾ ਜਿਹੜੇ ਮੇਰੀ ਮਾਤਾ ਸੈੱਲ ਘਟਕੇ ਦੀ ਪਹਿਲੇ ਕਹਿੰਦੀ ਆ ਮੈਂ ਬੱਕਰੀ ਦਾ ਮੈਨੀ ਪਿੰਦਰੀ ਜਦੋਂ ਡਾਕਟਰ ਨੇ ਕਿਹਾ ਵੀ ਆਹੀ ਚੀਜ਼ ਹੈ ਜਿਹੜੀ ਸੈੱਲ ਦਾ ਉਹ ਨਹੀਂ ਖਤਮ ਮੈਂ ਤਾਂ ਹਲੇ ਹਸਪਤਾਲ ਦੇ ਗੇਟ ਤੇ ਹੋਇਆ ਕਰਾਂ ਉੱਪਰ ਨਿਵਾਰੀ ਐ ਦੇਖ ਰਹੇ ਵਿੰਡ ਆ ਜਾ ਛੇਤੀ ਲਿਆ ਜਦੋਂ ਬੰਦੇ ਨੂੰ ਪਤਾ ਵੀ ਮਰਦੇ ਆ ਫਿਰ ਤੱਕ ਕੋਸ਼ਿਸ਼ ਦੇਦੇ ਬਸ ਜਿਵੇਂ ਮਰਜੀ ਜਿਉਂਦਾ ਕਰਦੇ ਤਾਂ ਕਹਿਣ ਦਾ ਮਤਲਬ ਇਹ ਕਿ ਕਿਸੇ ਟਾਈਮ ਉਹਦਾ ਵੀ ਮੁੱਲ ਬਹੁਤ ਸੀਗਾ ਅਸਲ ਦੇ ਵਿੱਚ ਇਹੀ ਹੈ ਕਿ ਵੈਲਿਊ ਖਤਮ ਹੋਣ ਦਾ ਪਤਾ ਹੀ ਨਹੀਂ ਲੱਗਦਾ ਅੱਜ ਸਵੇਰੇ ਮੈਨੂੰ ਦੋ ਨੋਟ ਲਵੇ 5 500 ਦੇ ਪੁਰਾਣੇ ਹੁਣ ਮੈਨੂੰ ਇਹ ਨਹੀਂ ਲੱਗ ਰਿਹਾ ਵੀ ਹੱਸਾਂ ਕਰਾਂ ਮਾਂ ਸਮੇ ਸਮੇ ਦੀ ਖੇਡ ਹੈ ਤਾਂ ਪਹਿਲਾਂ ਕਹਿੰਦਾ ਪੈਸਿਸਾਈਡ ਬਹੁਤ ਹੁੰਦੇ ਸੀ ਵਿਟਾਮਿਨ ਬਹੁਤ ਹੁੰਦੇ ਮਿਨਰਲ ਬਹੁਤ ਹੁੰਦੇ ਸੀਗੇ ਤੇ ਖਾਦਾਂ ਮਤਲਬ ਜਿਹੜੀਆਂ ਉੱਥੇ ਕੈਮੀਕਲ ਪਾਉਂਦੇ ਸੀ ਉਹ ਨਹੀਂ ਹੁੰਦੀਆਂ ਸੀਗੀਆਂ ਐਗਜ਼ਾਮਪਲ ਦਿੰਨੇ ਆ ਐਗਜ਼ਾਮਪਲ ਦੇ ਲਈ ਮਨੇ ਯੂਜ਼ ਕਰਿਆ ਵਰਡ ਟੂ ਐਪੀਟੋਮ ਟੂ ਐਪੀਟੋਮ ਉੱਪਰ ਕੀ ਯੂਜ਼ ਕਰਿਆ ਸੀ ਟੂ ਸਾਈਟ ਇਨ ਐਗਜ਼ਾਮਪਲ ਉਰੇ ਯੂਜ਼ ਕਰਿਆ ਟੂ ਐਪੀਟੋਮ ਅ ਹੈਡਲਾਈਨ ਆਫ ਦਾ ਮਾਸਕੋ ਟਾਈਮ ਨਿਊਜ਼ਪੇਪਰ ਤੁਸੀਂ ਕਿਸੇ ਵੀ ਨਿਊਜ਼ਪੇਪਰ ਦਾ ਨਾਮ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਆ ਪਾਉਣੇ ਤੁਸੀਂ ਡਾਕਟਰ ਬਿਊਨ ਪਾ ਦਿਓ ਜਗ ਬਾਣੀ ਪਾ ਦਿਓ ਕਿਸੇ ਦਾ ਵੀ ਪਾ ਦਿਓ ਪਰ ਅਖਬਾਰ ਦਾ ਨਾਮ ਘਟਕੜ ਪਤਾ ਹੋਣਾ ਚਾਹੀਦਾ ਹੈ ਕਿ ਤੇ ਉਹ ਆਵਦੀ ਮਰਜ਼ੀ ਨਾਲ ਜਾਦੇ ਹੈ ਨਾ ਅਗਪਾਲ ਕਿ ਦੇ ਦਾ ਹੈਡਲਾਈਨ ਵਾਸ ਪਬਲਿਸ਼ਡ ਇਨ ਪੋਸ਼ਪਾ ਟਾਈਮਜ਼ ਰਿਵੀਲਡ ਥੈਟ ਤਾਂ ਕਹਿੰਦਾ ਮਤਲਬ ਅਖਬਾਰ ਕਿਤੇ ਐ ਹੋਵੇ ਵੀ ਆਪਦੇ ਨਾਮ ਦੀ ਕੱਢਦੀ ਹੈ ਤਾਂ ਕਹਿੰਦਾ ਇੱਕ ਹੈਡਲਾਈਨ ਮਾਸਕੋ ਟਾਈਮ ਨੇ ਨਿਊਜ਼ਪੇਪਰ ਨੇ ਦੱਸੀ ਉਹਨੇ ਰਿਵੀਲ ਕਰਿਆ ਤੁਸੀਂ ਇੱਕ ਚੀਜ਼ ਦੇਖੋ ਐਗਜ਼ਾਮਪਲ ਉੱਪਰ ਮੈਂ ਪਾਇਆ ਇੱਕ WHO ਨੇ ਸਰਵੇ ਕਰਿਆ ਸਰਵੇ ਵਾਲੀ ਉੱਪਰ ਆ ਗਈ ਐਗਜ਼ਾਮਪਲ ਇੱਕ ਐਗਜ਼ਾਮਪਲ ਪਾਤੀ ਵੀ ਹੈਡਲਾਈਨ ਆਈਸੀ ਨਿਊਜ਼ਪੇਪਰ ਚ ਬਸ ਦੋ ਐਗਜ਼ਾਮਪਲ ਪਾਉਣੀਆਂ ਨੇ ਜਾਂ ਉੱਪਰ ਸਰਵੇ ਕਰ ਦਿਓ ਨੀਚੇ ਹੈਡਲਾਈਨ ਪਾ ਦਿਓ ਜਾਂ ਉੱਪਰ ਹੈਡਲਾਈਨ ਪਾ ਦਿਓ ਨੀਚੇ ਸਰਵੇ ਪਾ ਦਿਓ ਦਿਸ ਇਜ਼ ਦਾ ਬੈਸਟ ਵੇ ਟੂ ਰਾਈਟ ਐਨ ਐਗਜ਼ਾਮਪਲ ਮੈਂ ਲਿਖਿਆ एक न्यूज़ पेपर ने सर्वे कर दैट इन द मॉडर्न एरा जी अजक एरा चल रही है well एटी टू परसेंट ऑफ फूड इज़ प्रिपेयर बाय यूजिंग पेस्टीसाइडस विच कॉज मैनी फैटल डिशीज एज वैल एज बिकम द ओनली रीजन ऑफ डैथ एक अखबार ने किया कि बयासी प्रसेंट हूँ जो थोड़ी मर्जी है अखबार का नाम चेंज कर दो ब्यासी की जगह चौरासी पा दो अस्सी पा दो कोई मर्जी टाइम पा दो थोड़ी मर्जी है ਕਿਸੇ ਨੂੰ ਪ੍ਰੈਸ਼ਰ ਦੇ ਕੇ ਨਹੀਂ ਪੜਾ ਰਿਆ ਮੈਂ ਤੁਸੀਂ ਫ੍ਰੀ ਹੈਂਡ ਲਿਖੋ ਬੱਚੇ ਨੂੰ ਜਦੋਂ ਆਹ ਡਰ ਪੈ ਗਿਆ ਨਾ 250 ਵਾਟ ਦੀ ਲਿਮਟ ਹੈ ਉਹ ਲਿਖਦਾ ਹੀ ਨਹੀਂ ਇਹ ਵੀ ਗੱਲ ਸੱਚੀ ਹੈ ਦੇਖੋ ਯਾਰ ਪੜਨ ਚ ਵੀ ਠੀਕ ਲੱਗ ਰਹੀ ਹੈ ਨਾ ਕਿ 82% ਲੋਕ ਪੈਸਟੀਸਾਈਡ ਵਾਲਾ ਖਾਂਦੇ ਨੇ ਖਾਂਦੇ ਵੀ ਨੇ ਫੈਟਲ ਡਿਸੀਜ਼ ਉਹਨੇ ਬਿਉਸ਼ ਹੋ ਗਏ ਮਰ ਗਏ ਕਬਰਾਟ ਹੋ ਗਈ ਅੱਜ ਹੋਈ ਹੈ ਤਾਜੀ ਦਾ ਜਿਸ ਕਿਸੇ ਨੂੰ ਤੁਸੀਂ ਆਟਾ ਕਿਥੋਂ ਲਿਆਉਨੇ ਹੋ ਆ ਵੇ ਆਂ ਦਾ ਚੱਕੀ ਤੋਂ ਹੋਰ ਸੁਨਿਆਰੇ ਤੋਂ ਥੋੜੀ ਆਟਾ ਮੇਰੇ ਕਹਿਣ ਦਾ ਮਤਲਬ ਹੈ ਵੀ ਤੈਨੂੰ ਚੱਕਰ ਆ ਕੇ ਕਿਤੇ ਕਿਤੇ ਨਹੀਂ ਡਾਈਟ ਡੂਇਟ ਪਲਾਨ ਤੇ ਕੋਈ ਪ੍ਰੋਬਲਮ ਆ ਰਹੀ ਹੋਵੇ ਸ਼ਿੱਟ ਮੈਂ ਵੀ ਆਟਾ ਕਿਤੇ ਚੱਕੀ ਤੋਂ ਇਹਦਾ ਜਿਵੇਂ ਕੈਰੀ ਆਨ ਚੱਟਾ 'ਚ ਕਹਿੰਦਾ ਬਹੁਤ ਥੋੜੀ ਕੋਠੀ ਪਾਈ ਹੈ ਕਹਿੰਦਾ ਅਸੀਂ ਨਹੀਂ ਮਿਸਤਰੀਆਂ ਨੇ ਪਾਈ ਹੈ ਤਾਂ ਉਹ ਸਾਹਬ ਹੈ ਵੈਰੀ ਗੁੱਡ ਹੈ ਨਾ ਤਾਂ ਉਹਨਾਂ ਨੇ ਕੀ ਕਰਿਆ ਯਾਰ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਸੀਗਾ ਤੇ ਹੁਣ ਇਹਦਾ ਕੀ ਨਿਕਲਦਾ ਹੈਗਾ ਰਿਜ਼ਲਟ ਅਰ ਉੱਪਰ ਮੈਨੇ ਯੂਜ਼ ਕਰਿਆ ਦਾ ਐਵਿਡੈਂਸ ਉਰੇ ਮੈਨੇ ਯੂਜ਼ ਕਰ ਲਿਆ ਦਜ਼ ਇਹ ਵੀ ਆਪਾਂ ਯੂਜ਼ ਕਰ ਸਕਦੇ ਆ ਦਜ਼ ਮੈਂ ਕਹਾਂ ਡਾਈਟ ਆਫ ਪੀਪਲ ਇਨ ਕ੍ਰੂਸ਼ੀਅਲ ਫਾਰ ਦਾ ਹੈਲਥ ਐਂਡ ਲਾਈਫ ਸਪੈਨ ਆਫ ਪੀਪਲ ਵੀ ਜਿਹੜੀ ਡਾਈਟ ਹੈ ਨਾ ਇਹ ਸਭ ਤੋਂ ਜ਼ਰੂਰੀ ਹੈ ਜੇ ਲੰਬੀ ਉਮਰ ਜਿਉਣਾ ਚਾਹੁੰਦੇ ਹੋ ਚੱਜ ਦਾ ਖਾਓਗੇ ਲੰਬੀ ਉਮਰ ਜਿਉਓਗੇ ਮਾੜਾ ਖਾਓਗੇ ਬਹੁਤ ਛੇਤੀ ਮਰ ਜਿਓਗੇ ਬਸ ਏਡੀ ਗੱਲ ਐ ਤੁਸੀਂ ਇਹ ਦੇਖੋ ਕਿ ਪਾਸਟ ਚ ਮੈਂ ਦੋ ਕਾਰਨ ਦੱਸਦੇ ਵੀ ਲੋਕ ਟੈਨਸ਼ਨ ਫਰੀ ਹੈਗੇ ਸੀ ਤਾਂ ਜਿਉਂਦੇ ਸੀ ਤੇ ਅੱਜ ਆਪਾਂ ਨੂੰ ਸਾਰਿਆਂ ਨੂੰ ਟੈਨਸ਼ਨ ਐ ਦੂਜਾ ਕਾਰਨ ਲੋਕ ਹੈਲਦੀ ਖਾਂਦੇ ਸੀ ਆਪਾਂ ਹੈਲਦੀ ਇਹ ਵੀ ਨਹੀਂ ਖਾਂਦੇ ਆਪਾਂ ਨੂੰ ਇਹ ਵੀ ਪਤਾ ਐ ਤਾਂ ਹੀ ਤਾਂ ਆਪਾਂ ਛੇਤੀ ਮਰ ਜਣੇ ਆ ਇਹ ਵੀ ਸਚਾਈ ਹੈਗੀ ਹੁਣ ਇਹਦਾ ਕਨਕਲੂਜਨ ਕੱਢਣਾ ਐ ਵੀ ਇਹਨਾਂ ਨਿਚੋੜ ਕੇ ਨਿਕਲ ਦੇਗਾ ਆ ਸਾਰਿਆਂ ਨੂੰ ਪਤਾ ਹੀ ਐ ਨਾ ਕਿ ਇੱਕ ਬੰਦਾ ਕਿਤੋਂ ਬਣਿਆ ਕਿਤੋਂ ਕਿਤੋਂ ਮੰਕੀ ਏਪ ਤੋਂ ਮੰਕੀ ਆ ਡੋਂਦੇ ਇਹਨਾਂ ਦੀ ਵੀ ਪ੍ਰਜਾਤੀਆਂ ਤੇ ਇੱਕ ਗੱਲ ਹੋਰ ਸੁਣੋ ਜਿਵੇਂ ਆਪਾਂ ਨੂੰ ਤਾਂ ਸਕੂਲ ਚ ਕਿਹਾ ਟਾਈਗਰ ਪੜਾਇਆ ਨਾ ਟਾਈਗਰ ਇਹ ਬਹੁਤ ਉਹਨੇ ਪੂਮਾ ਵੀ ਹੁੰਦਾ ਹੈ ਲਿਓਪਡ ਵੀ ਹੁੰਦਾ ਹੈ ਹੈਨਾ ਕਹਿਣਾ ਮਰਵੇ ਕਿ ਇਹਨਾਂ ਦੀ ਵੀ ਕਿਸਮਾਂ ਹੁੰਦੀਆਂ ਨੇ ਕਿਹੜਾ ਟਾਈਗਰ ਕਹੇ ਜਾ ਤਾਂ ਇਹ ਚੀਜ਼ ਹੈ ਕਿ ਨੌਲੇਜ ਦੇ ਕਹੇ ਕਿ ਇੱਕ ਬੰਦਾ ਬਣਿਆ ਏਪ ਤੋਂ ਉਦੋਂ ਪੁੱਛ ਹੁੰਦੀ ਸੀ ਉੰਦੇ ਦੇ ਆਪਾਂ ਛੋਟੇ ਹੁੰਦੇ ਕਿਨੇ ਕਿਨੇ ਕਿਤਾਬ ਚ ਦੇਖਿਆਗਾ ਵੀ ਪਹਿਲਾ ਬਾਂਦਰ ਫਿਰ ਉਹਦੋਂ ਵਾਰ ਗੁਬਾ 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 ਖੜਾ ਹੋ ਗਿਆ ਫਿਰ ਬੰਦਾ ਬਣ ਗਿਆ ਕਿਨੇ ਕਿਨੇ ਦੇਖਿਆ ਨਾ ਕਿਤਾਬ ਚ ਯੈਸ ਸਰ ਸੋਚ ਕੇ ਦੇਖੋ ਜੇ ਅੱਜ ਵੀ ਜੇ ਅੱਜ ਵੀ ਆਪਣੇ ਪੂਛ ਹੁੰਦੀ ਨੰਬਰ 1 ਦੇ ਕਲਾਸ ਚ ਸਟਰੈਂਥ ਘਟ ਵੰਦੀ ਉਹ ਲੜਾਈਆਂ ਵੀ ਦੇਖੋ ਕਹੇ ਜਿਹਾ ਪੈਂਦੀਆਂ ਐਕਸੀਡੈਂਟ ਹੁੰਦੇ ਵੀ ਆਹ ਇਹਦੀ ਪੂੰਛ ਫੜ ਗਈ ਇਹਦੀ ਪੂੰਛ ਫੜ ਗਈ ਔਰ ਫਿਰ ਸਾਰੇ ਜਿਵੇਂ ਆਪਣੇ ਲੋਕ ਚੜਾਉਂਦੇ ਹੁੰਦੇ ਨੇ ਨਾ ਫਿਰ ਭਾਵੇਂ ਕਿਸੇ ਨੂੰ ਕਹਿੰਦੇ ਆਹ ਲੰਡੀ ਪੂੰਛ ਆਹ ਵੈਰੀ ਗੁੱਡ ਔਰ ਹੋਰ ਵੀ ਹੋਰ ਵੀ ਬਸ ਲੜਾਈਆਂ ਵੀ ਇਹ ਜਿਵੇਂ ਸਾਰੇ ਇਸਨੇ ਮੇਰੀ ਪੂੰਛ ਮਿੱਦਤੀ ਸਾਈਕਲ ਦੀ ਚੇਨ ਚ ਜਾਂਦੇ ਆਂਦੇ ਪੁੱਛ ਆ ਜਾਣੀ ਬੱਸ ਚ ਬੈਠਦੇ ਹੋਏ ਕਿੱਡੀ ਪ੍ਰੋਬਲਮ ਹੈ ਨਾ ਵੀ ਮੈਂ ਬੰਦਾ ਬੈਠਾ ਇੱਕ ਖੁੰਝੇ ਚ ਲੱਗਿਆ ਤਿੰਨ ਸੀਟਾਂ ਵਾਲੀ ਦੇ ਉਹਦੀ ਪੂਛ ਦੋ ਸੀਟਾਂ ਰੋਕੀ ਖੜੀ ਐ ਫਿਰ ਕੋਈ ਲੇਡੀ ਨੇ ਵੇ ਭਾਈ ਆਪਦੀ ਪੂਛ ਪਰਾਂ ਕਰ ਮਸ਼ਕ ਮਾਰਦੀ ਐ ਤੁਸੀਂ ਮੈਨੂੰ ਸੁਪਣਾ ਆਇਆ ਇਹ ਆਪਾਂ ਹੁਣ ਆਸਰੇ ਮੇ ਟੈਨਸ਼ਨ ਚ ਮੈਂ ਸੋਚ ਰਿਹਾ ਵੀ ਪੈਂਟ ਬੰਨਣਾ ਕਿਵੇਂ ਕਿਧਰੋਂ ਦੀ ਕੱਟਾਂ ਇਹਨੂੰ ਚਲੋ ਇਹਦਾ ਕਨਕਲੂਜਨ ਨਿਬੇੜੀਏ ਤੇ ਆਏ ਐਵੇਂ ਖੁਸ਼ ਰਿਆ ਕਰੋ ਆਇਲਸ ਬਹੁਤ ਸੌਖੀ ਐ ਤੇ ਖਸਮੋ ਟੈਨਸ਼ਨ ਭਰੀ ਜ਼ਿੰਦਗੀ ਨਾ ਜਿਓ ਕੀ ਪੈਰੇ ਛੇਦੀ ਪੜਾਕਾ ਬਹਿ ਗਿਆ ਹੈਨਾ ਆਰਾਮ ਨਾਲ ਉਹ ਜਵਾਕ ਵੀ ਆ ਪਿੱਛੇ ਬੈਠੇ ਜਿਹੜੇ ਚਾਕਲੇਟ ਜੀ ਖਾ ਕੇ ਠੀਕ ਹੋਈ ਐ ਕਿ ਤਰਾ ਉਂਜੀ ਕਰ ਰਹੇ ਸੀ ਹੁੰਦਾ ਐਨਾ ਵੀ ਸਰ ਮੈਨੂੰ ਕਬਰਾ ਟੋਰੀਆ ਮੈਨਾਂ ਡੈਰੀ ਮਿਲਕ ਮੰਗ ਰਿਆਂ ਠੀਕ ਐ ਹੁਣ ਸੰਤੁਸ਼ਟ ਐ ਠੀਕ ਐ ਤੇਰਾ ਬ੍ਰਦਰ ਕਹਤੇ ਆ ਕਿਹੜਾ ਬ੍ਰਦਰ ਇਹਦਾ 사ਜਨ ਸਾਗਰ 사ਜਨ ਕੌਣ ਹੈ ਆ ਆਏ ਅੱਛਾ ਅੱਛਾ ਰੀਅਲ ਬ੍ਰਦਰ ਅੱਛਾ ਤਾਂ ਹੀ ਸ਼ਕਲ ਨਹੀਂ ਮਿਲ ਰਹੀ ਇਹਦੇ ਦਾੜ੍ਹੀਆਂ ਤੁਹਾਡੇ ਹੈ ਨਹੀਂ ਵਾਹ ਹੈਲੋ ਓਕੇ ਅਮਨ ਸ਼ਾਂਤੀ ਨਾਲ ਰਹਿਣਾ ਆਪਾਂ ਨੇ ਆਵਾਜ਼ ਠੀਕ ਹੈ ਦਾਦਾ ਐ ਦੋਨੀ ਬੋਲਦਾ ਨਹੀਂ ਆਪਾਂ ਅਮਨ ਸ਼ਾਂਤੀ ਹੁੰਦੇ ਨੇ ਸ਼ਾਂਤੀ ਨਾਲ ਅੱਛਾ ਹੁਣ ਬਾਅਦ ਚ ਅੱਛਾ ਮੇਰੇ ਬਾਰੇ ਹੁਣ ਦੇਖੋ ਜੀ ਕਨਕਲੂਜਨ ਰਹਿ ਗਿਆ ਲਾਸਟ ਸੀਨ ਨੂੰ ਫਿਨਿਸ਼ ਕਰ ਦਈਏ ਇਨ ਕਨਕਲੂਜਨ ਕਮਾ ਇਟ ਇਜ਼ ਕਲੀਅਰ ਥੈਟ ਆ ਗੱਲ ਜਮੇ ਕਲੀਅਰ ਹੈ ਪੀਪਲ ਇਨ ਦਾ ਪਾਸਟ ਲਿਵਡ ਅ ਲੌਂਗ ਐਂਡ ਹੈਲਦੀ ਲਾਈਫ ਲੋਕ ਆਪਣੀ ਜ਼ਿੰਦਗੀ ਜਿਹੜੀ ਜਿਉਂਦੇ ਸੀ ਉਹ ਬਹੁਤ ਹੈਲਦੀ ਤੰਦਰੁਸਤੀ ਵਾਲੀ ਤੇ ਲੰਬੀ ਜ਼ਿੰਦਗੀ ਜਿਉਂਦੇ ਸੀ ਡਿਊ ਟੂ ਕਾਰਨ ਕੀ ਹੈ ਹੈਲਦੀ ਲਾਈਫ ਸਟਾਈਲ ਆਪਾਂ ਉੱਪਰ ਲਿਖੇ ਸੀਗੇ ਬੀਪੀ 1 ਚ ਐਂਡ देयर ਈਟਿੰਗ ਹੈਬਿਟਸ ਤੇ ਇਹ ਗੱਲ ਯਾਦ ਰੱਖੋ ਹੁਣ ਈਟਿੰਗ ਹੈਬਿਟ ਦੀ ਜਗ੍ਹਾ ਤੇ ਕੋਈ ਬੰਦਾ ਟੇਕਿੰਗ ਹੈਬਿਟ ਵੀ ਪਾ ਸਕਦਾ ਹੈ ਕਨਜ਼ਿਊਮਿੰਗ ਹੈਬਿਟ ਵੀ ਪਾ ਸਕਦਾ ਹੈ ਇਹਨੂੰ ਸਨਨਮਟਾਈਪ ਚੇਂਜ ਵੀ ਕਰ ਸਕਦਾ ਹੈ ਜੇ ਤੁਸੀਂ ਇਹਨੂੰ ਸਨਨਮ ਨਾਲ ਚੇਂਜ ਨਹੀਂ ਕਰੋਗੇ ਸੇਮ ਦਾ ਸੇਮ ਲਿਖ ਦੋਗੇ ਉਸ ਤਰੀਕੇ ਨਾਲ ਬੈਂਡ ਆਉਣਗੇ ਜੇ ਤੁਸੀਂ ਈਟਿੰਗ ਹੈਬਿਟ ਦੀ ਜਗ੍ਹਾ ਤੇ ਟੇਕਿੰਗ ਹੈਬਿਟ ਪਾਤਾ ਜਾਂ ਹੈਲਦੀ ਲਾਈਫਸਟਾਈਲ ਦੀ ਵੇ ਆਫ ਲਿਵਿੰਗ ਸਟੈਂਡਰਡ ਹੈਲਦੀ ਪਾਤਾ ਤਾਂ ਇਹਨੂੰ ਚੇਂਜ ਕਰਨਾ ਕਹਿੰਦੇ ਨੇ ਤੇ ਇਹਦੇ ਨਾਲ ਬੈਂਡ ਸਕੋਰ ਦਾ ਫਰਕ ਪਊਗਾ ਓਕੇ ਦੀਪ ਹਾਂ ਇੰਟਰੋਡਕਸ਼ਨ ਪੜਾਈ ਰੀਫਰੈਸ਼ ਤੇ ਥੀਸਿਸ ਤੋਂ ਬਾਡੀ ਪੈਰਾਗ੍ਰਾਫ 1 ਤੇ ਬਾਡੀ ਪੈਰਾਗ੍ਰਾਫ 2 ਮਤਲਬ ਇੱਕ ਪੈਰਾ ਸਿੱਕ ਲੋ ਦੂਜਾ ਦਾ ਸੇਮ ਹੀ ਐ ਕਨੈਕਟਰ ਦਾ ਫਰਕ ਐ ਮੇਨ ਪੁਆਇੰਟ ਐਕਸਪਲੇਨ ਐਗਜ਼ਾਮਪਲ ਰਿਜ਼ਲਟ ਮੇਨ ਪੁਆਇੰਟ ਐਕਸਪਲੇਨ ਐਗਜ਼ਾਮਪਲ ਰਿਜ਼ਲਟ ਆਪਣੇ ਚਾਰ ਗੱਲਾਂ ਪੇਪਰ 'ਚ ਲਿਖਿਆਈਓ ਕਨਕਲੂਜਨ ਦੇ ਵਿੱਚ ਇਨ ਕਨਕਲੂਜਨ ਪਾ ਕੇ ਬੀਪੀ 1 ਤੇ ਬੀਪੀ 2 ਲਿਖਿਆਓ ਥੈਟਸ ਇਟ ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਗਈ ਤੇ ਰਾਈਟਿੰਗ ਇੰਨੇ ਲੈਵਲ ਤੇ ਹੋਊਗੀ ਜੇ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਐ ਲਾਈਟ ਔਨ ਕਰ ਦਿਓ ਜੀ ਰਾਈਟਿੰਗ ਚ ਜੋ ਪੜਾਇਆ ਕੱਲੇ ਰਾਈਟਿੰਗ ਚ ਜੋ ਦਿਲ ਕਰਦਾ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਡੀ ਹੈਲਪ ਕਰ ਸਕਦਾ ਕੱਲਾ ਰਾਈਟਿੰਗ ਕੁਛ ਵੀ ਇੱਕ ਅੱਖਰ ਦਾ ਵੀ ਡਾਊਟ ਜੋ ਹਾਂਜੀ ਬੋਲੋ ਬੋਲੋ ਸਰ ਜੀ ਮੈਂ ਆਪਾਂ ਉਹਦੇ ਵਿੱਚ ਫਿਜ਼ਿਕਸ ਦੇ ਵਿੱਚ ਨਹੀਂ ਤਾਂ ਸੇਗਾ ਵੀ ਆਪ ਕੋ ਸਾਈਟ ਦੇ ਦਾ ਵੀ ਵਿੱਚ ਜਿਹੜਾ ਆ ਲਿਖਣਾ ਅਗਰ ਆਪਾਂ ਉਹ ਨੂੰ ਵੀ ਦੇ ਵਿੱਚ ਮੋਲਡ ਕਰਕੇ ਲਿਖਦਾ ਨਹੀਂ ਕੋਈ ਉਹ ਤਾਂ ਹਾਂ ਮੈਂ ਮੋਲਡ ਕਰਕੇ ਤਾਂ ਲਿਖਿਆ ਹੈ ਨੇ ਅਰੇ ਕੋ ਮੈਂ ਉੱਪਰ ਲਿਖਿਆ ਸੀ ਲਾਈਫ ਸਟਾਈਲ ਲਿਖਿਆ ਸੀਗਾ ਮੈਂ ਮੋਲਡ ਕਰਕੇ ਕੀ ਲਿਖਿਆ ਵੀ ਉਹਨਾਂ ਦਾ ਜਿਹੜਾ ਉਹ ਟੈਂਸ਼ਨ ਫਰੀ ਜ਼ਿੰਦਗੀ ਹੈ ਸਟੇਬਲ ਹੈ ਉਹ ਵੀ ਤਾਂ ਰੀਫ੍ਰੀਜ਼ ਹੀ ਹੋ ਗਿਆ ਨਾ ਆਪਾਂ ਨੂੰ ਚੇਂਜ ਕਰਕੇ ਲਿਖਤਾ ਪਰ ਲਿਖਣਾ ਉਹੀ ਹੈ ਇਹ ਨਾ ਹੋਵੇ ਕਿ ਥੀਸਿਸ ਕੁਝ ਹੋ ਰਿਹਾ ਹੈ ਤੇ ਤੁਸੀਂ ਮੇਨ ਪੁਆਇੰਟ ਕੁਝ ਹੋਰ ਲਿਖਤਾ ਓਕੇ ਆ ਯੈਸ ਲੈ ਵੀ YouTube ਵਾਲਿਓ ਜੇ ਕਲਾਸ ਲੱਗੀ ਪਸੰਦ ਤਾਂ ਕਰਿਓ ਲਾਈਕ ਥੈਂਕ ਯੂ ਸੋ ਮੱਚ ਕਮੈਂਟ ਕਰਿਓ ਤੇ ਇੱਕ ਵਾਰ ਸਾਰੇ ਮੁੰਡੇ ਸਾਰੇ ਕੁੜੀਆਂ ਹਾਈ ਕਰ ਦਿਓ YouTube ਵਾਲਿਆਂ ਨੂੰ ਹਾਏ ਇਧਰੋਂ ਇਧਰ 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 ਕੈਮਰਾ ਅੱਤੇ ਜਵਾਕ ਅੱਗੇ ਲੱਗ ਰੇ ਨੇ ਕਰਦਾ ਦੀਪ ਇੱਕ ਵਾਰ ਸਾਰਿਆਂ ਨੂੰ ਪਿੱਛੇ ਘੁਮਾ ਕੈਮਰਾ ਕੱਲੇ ਕੱਲੇ ਜਵਾਕ ਨੂੰ ਹਾਈ ਕਰਾਓ ਇਹਨਾਂ ਨੂੰ ਲਾਈਟ ਇੱਕ ਤਾਂ ਨਾਗਰ ਜਿੰਦਾਬਾਦ ਮੋਰ ਦਾ ਮਾਣ ਨਹੀਂ ਜਾਂਦਾ ਅਦਾਦੀ ਨੇ ਘਟੇ ਗਏ ਲੈ ਵੀ ਹਾਈ ਕਰੋ ਹੈਲੋ एवरीवन ਹਾਈ ਵੈਰੀ ਗੁੱਡ ਵੈਰੀ ਗੁੱਡ ਹਾਈ ਸਾਰੇ ਹਾਈ ਥੈਟਸ ਓਕੇ ਥੈਟਸ ਮਾਈ ਆਫਲਾਈਨ ਕਲਾਸ ਐਨ ਆਈ ਪਰਸ ਇਧਰ ਤੋਂ ਸਾਰਿਆਂ ਨੂੰ ਹੈਗੇ ਨੇ ਆਪਣੀ ਜਵੜੀ ਜੀ ਬੰਦੇ ਨੇ ਜਾਂਦੇ ਹੋ ਯੈਸ ਇੱਕ ਭਰਾਟ ਘਰ ਰੋਟੀ ਦੇਖੋ ਹਾਏ एवरीवन YouTube ਤੇ ਆਪਣਾ ਪਰਿਵਾਰ ਬੈਠੇ ਸਾਰਾ ਹਾਂਜੀ ਦੇਖ ਰਹਾ ਉਧਰ ਕਹਿੰਦਾ ਬਈ ਕਵਾਂਡੀਆਂ ਨੇ ਦੱਸਿਆ ਨਹੀਂ ਹੋਇਆ ਇਹਨੂੰ ਤਾਂ ਜ਼ੂਮ ਕਰ ਇਹਨਾਂ ਦਾ ਕਵਾਂਡੀ ਦੇਖੇ ਹਾਏ एवरीवन हे ਬॉयज ਗਰਲਸ ਉਧਰ ਦੇਖੋ ਹਾਈ ਬॉयज ਯੈਸ ਸੈਟਸ OK थैंक यू so much लव यू टेक केयर गुड बाय ਕਰਦੇ ਜੀ OK